ਅੰਦੇ ਸੱਚੀ ਗੱਲ ਸਾਰਨ ਨੂੰ ਮ Fateh Singh ਸਵਾਗਤ ਕਰਦਾ ਤੁਹਾਡਾ ਪੰਜਾਬ ਡਾ 247 ਦੇ YouTube ਚੈਨਲ ਦੇ ਉੱਤੇ ਤੇ ਸ਼ਾਮ ਦੇ ਬਚ ਚੁਕੇ ਨੇ ਜੀ 4 ਤੇ 4 ਵਜੇ ਹੁੰਦੀ ਹੈ ਆਪਣੀ ਪੰਜਾਬ ਜੀਕੇ ਦੀ ਕਲਾਸ ਅੱਜ ਪੰਜਾਬ ਜੀਕੇ ਦੀ ਕਲਾਸ ਕੁਝ ਸਪੈਸ਼ਲ ਹੈ ਖਾਸ ਹੈ ਉਹਦੇ ਸਪੈਸ਼ਲ ਤੇ ਖਾਸ ਹੋਣ ਦਾ ਕਾਰਨ ਹੈ ਸਾਡੇ ਕੋਲੇ ਉਹਦੇ ਸਪੈਸ਼ਲ ਤੇ ਖਾਸ ਹੋਣ ਦਾ ਕਾਰਨ ਹੈ ਕਿ ਅੱਜ ਆਪਾਂ ਲੈ ਕੇ ਆਏ ਆ ਲਾਈਵ ਟੈਸਟ ਹੁਣ ਲਾਈਵ ਟੈਸਟ ਕੀ ਹੋਊਗਾ ਕਿਹੜੇ-ਕਿਹੜੇ ਪੇਪਰ 'ਚ ਦਾ ਫਾਇਦਾ ਹੋ ਸਕਦਾ ਆ ਪੰਜਾਬ ਦੇ ਵਿੱਚ ਜਿੰਨੇ ਵੀ ਪੇਪਰ ਆਉਣੇ ਉਹਨਾਂ ਸਾਰਿਆਂ ਦੇ ਲਈ ਇੱਕ ਲਾਈਵ ਟੈਸਟ ਆ ਟੈਸਟ ਹਮੇਸ਼ਾ ਜਿਹੜਾ ਲਿਆ ਜਾਂਦਾ ਉਹ ਜੋ ਅਸੀਂ ਪੜਿਆ ਉਹਦੇ ਵਿੱਚੋਂ ਆ ਸੋ ਆਪਾਂ ਜੋ ਹੁਣ ਤੱਕ ਨੌਕਰੀ ਪੱਕੀ ਸੀਰੀਜ਼ ਪੜ ਰਹੇ ਆ ਸੋ ਨੌਕਰੀ ਪੱਕੀ ਸੀਰੀਜ਼ ਦੀਆਂ ਕੁਝ ਕਲਾਸਾਂ ਵਿੱਚੋਂ ਮੈਂ ਕੁਝ ਕੁਐਸਚਨ ਚੱਕੇ ਨੇ ਜਿਹੜੇ ਅਕਸਰ ਗਲਤ ਹੁੰਦੇ ਨੇ ਉਹ ਕੁਐਸਚਨ ਮੈਂ ਲੈ ਕੇ ਆਇਆ ਤੇ ਆਪਾਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਜੋ ਵੀ ਆਪਣਾ ਅੱਜ ਦੀ ਇਸ ਕਲਾਸ ਦਾ ਟਾਈਮ ਆ ਤੇ ਆਪਾਂ ਘੱਟੋ-ਘੱਟ 50 ਕੁਐਸਚਨ ਕਰੀਏ ਤੇ ਸਪੀਡ ਨਾਲ ਚੱਲਾਂਗੇ ਅਮਰੇ ਹੱਥ ਚ ਰਿਮੋਟ ਆ ਬਸ ਤੁਸੀਂ ਆਨਸਰ ਕਰਦੇ ਜਾਣਾ ਮੈਂ ਅੱਗੇ ਆਨਸਰ ਦੱਸਦਾ ਜਾਣਾ ਆ ਸੋ ਕਰਦੇ ਆਂ ਸਟਾਰਟ ਹਾਂਜੀ ਰੈਡੀ ਹੋਂ ਫਿਰ ਟੈਸਟ ਦੇ ਲਈ ਤੇ ਜੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਜਿਹੜੀਆਂ ਪੁਰਾਣੀਆਂ ਕਲਾਸਾਂ ਉਹ ਵੀ ਜ਼ਰੂਰ ਦੇਖ ਲਿਓ ਜੀ ਚਲੋ ਫਿਰ ਕਰਦੇ ਆਂ ਸਟਾਰਟ ਆਡੀਓ ਵੀਡੀਓ ਓਕੇ ਇੱਕ ਵਾਰ ਦੱਸ ਦਿਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਮੋਟੀਵੇਸ਼ਨ ਕੋਟ ਆ ਤੁਹਾਡੇ ਲਈ ਇਫ ਯੂ ਇਫ देयर ਇਜ਼ ਨੋ ਸਟਰਗਲ ਕਹਿੰਦੇ ਜਿੱਥੇ ਸਟਰਗਲ ਨਹੀਂ ਹੈਗੀ ਤਾਂ ਇੱਥੇ ਪ੍ਰੋਗਰੈਸ ਜੋ ਕੋਈ ਬੰਦਾ ਬਹੁਤ ਉੱਚੇ ਮੁਕਾਮ ਤੇ ਪਹੁੰਚਾ ਉਹ ਦੱਸਦਾ ਹੁੰਦਾ ਬੈਠਾ ਮੈਂ ਇਦਾਂ ਕੀਤੀ ਮੈਂ ਇਦਾਂ ਮਿਹਨਤ ਕੀਤੀ ਮੈਂ ਉਹ ਕੀਤਾ ਮੈਂ ਆ ਕੀਤਾ ਤੇ ਜਿਹੜਾ ਕੋਈ ਬੰਦਾ ਵਿਹਲਾ ਜਿਹਾ ਬੈਠਾ ਹੋਊਗਾ ਉਹ ਕਿੰਦਾ ਜਿਆ ਗੱਲਾਂ ਸੁਣਾਉਣਾ ਹੁੰਦਾ ਅਸੀਂ ਆ ਕੀਤਾ ਅਸੀਂ ਜੋ ਕੀਤਾ ਅਸੀਂ ਉੱਥੇ ਘੁੰਮਣ ਗਏ ਅਸੀਂ ਐ ਕਰ ਲਿਆ ਅਸੀਂ ਬੜੀ ਮਸਤੀ ਕੀਤੀ ਸੀ ਮौज-ਮਸਤੀ ਕੀਤੀ ਸੋ ਦੋਨਾਂ ਦੀਆਂ ਸਟੋਰੀਆਂ ਵਿੱਚ ਫਰਕ ਹੁੰਦਾ ਆ ਜਿਹੜੇ ਬੰਦੇ ਨੇ ਸਫਲਤਾ ਲੈ ਲਈ ਆ ਉਹਦੇ ਵਿੱਚ ਦੀ ਸਟਰਗਲ ਬੋਲਦਾ ਹੁੰਦਾ ਤੇ ਜਿਹੜਾ ਹਜੇ ਸਫਲਤਾ ਤੋਂ ਦੂਰ ਬੈਠਾ ਕਈ ਵਾਰ ਜਿਨ੍ਹਾਂ ਨੇ ਮਿਹਨਤ ਨਹੀਂ ਕੀਤੀ ਹੁੰਦੀ ਫਿਰ ਉਹ ਵੈਸੇ ਹੀ ਪਿੰਡਾਂ ਦੇ ਸੱਥਾਂ 'ਚ ਬੈਠ ਕੇ ਗੱਲਾਂ ਸੁਣਾਉ ਰਗਲ ਪਰ ਦਿਨ ਬੜੀ ਖੁਸ਼ੀ ਨਾਲ ਸੁਣਾਉਣੇ ਆ ਲੋਕਾਂ ਨੂੰ ਸੋ ਜਿੰਨੀ ਜ਼ਿਆਦਾ ਮਿਹਨਤ ਕਰੋਗੇ ਸਫਲਤਾ ਉਨੀ ਜਿਹੜੀ ਤੁਹਾਨੂੰ ਉਹ ਜ਼ਰੂਰ ਮਿਲੂਗੀ ਲਓ ਜੀ ਕੁਐਸਚਨ ਆ ਗਿਆ ਬਸ ਸਪੀਡ ਅੱਜ ਫਾਸਟ ਰੱਖਣੀ ਹੈ ਪਹਿਲਾ ਕੁਐਸਚਨ ਪੜੋ ਕਹਿੰਦੇ ਕਿਹੜੇ ਗੁਰੂ ਜੀ ਤੋਂ ਜਿਹੜਾ ਹੈਰੀਡੇਟਰੀ ਸਿਸਟਮ ਉਹ ਸਟਾਰਟ ਹੋ ਗਿਆ ਸੀਗਾ ਗੁਰਤਾ ਗੱਦੀ ਦੇ ਵਿੱਚ ਸਿੱਖ ਸਿੱਖ ਧਰਮ ਦੇ ਵਿੱਚ ਆਪਣੇ ਕੋਲ ਸ਼ਾਬਾਸ਼ ਕਰਵਾਉਣ ਦਾ ਕੋਸ਼ਿਸ਼ ਕਰਨੀ ਹੈ ਕਿ ਵਿਥਿਨ 1 ਮਿੰਟ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਆਨਸਰ ਦੇਣਾ ਗੁਰੂ ਅਮਰਦਾਸ ਜੀ ਗੁਰੂ ਜਨਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਤੇਗ ਬਹਾਦਰ ਜੀ ਅਨਸਰ ਕੀ ਸਾਡੇ ਕੋਲੇ ਸਰ ਕਹਿੰਦੇ ਗੁਰੂ RAMDAS ਜੀ অপਸ਼ਨ ਨੰਬਰ A ਇਸ ਦਾ ਕਰੈਕਟ ਆਨਸਰ ਲਓ ਜੀ ਅਗਲਾ ਕੁਐਸਚਨ ਸਿੱਖੀਜ਼ਮ ਦੇ ਵਿੱਚ ਸਭ ਤੋਂ ਜ਼ਿਆਦਾ ਕਹਿੰਦੇ ਜਿਹੜਾ ਸਿੱਖੀਜ਼ਮ ਦਾ ਮੋਸਟ ਪ੍ਰੈਕਟਿਸਡ ਫੇਥ ਇਨ ਪੰਜਾਬ ਬਿਲੋਂਗਸ ਟੂ ਜਿਹੜਾ ਸਿੱਖ ਧਰਮਾ ਪੰਜਾਬ ਦੇ ਸਭ ਤੋਂ ਜ਼ਿਆਦਾ ਕਹਿੰਦੇ ਪਾਇਆ ਜਾਂਦਾ ਆ ਕਿੰਨੇ ਪਰਸੈਂਟ ਹੈ ਪੋਪੂਲੇਸ਼ਨ ਸਿੱਖ ਧਰਮ ਦੀ 57.69% 60% ਜਾਂ ਫਿਰ ਲਗਭਗ 75% ਜਾਫਰੀਨਾਂ ਵਿੱਚੋਂ ਕੋਈ ਵੀ ਨਹੀਂ A B C D ਚਾਰ অপਸ਼ਨ ਸ਼ਾਬਾਸ਼ ਕਰੋ ਆਨਸਰ অপশন নাম্বার এ 57.69% ਦੇ ਅਰਾਊਂਡ ਪਾਪੂਲੇਸ਼ਨ ਜਿਹੜੀ ਆ ਉਹ ਸਿੱਖ ਧਰਮ ਨੂੰ ਫਾਲੋ ਕਰਦੀ ਹੈ ਪੰਜਾਬ ਦੇ ਵਿੱਚ 2011 ਦਾ ਡਾਟਾ ਜਦੋਂ 2021 ਦਾ ਡਾਟਾ ਆਊਗਾ ਉਹ ਅਲੱਗ ਹੋਊਗਾ ਲੇਕਿਨ ਹਾਲ ਦੀ ਘੜੀ ਸਾਡੇ ਕੋਲੇ ਇਹ ਡਾਟਾ ਹੈਗਾ 2011 ਦਾ ਜੀ ਚਲੋ ਜੀ ਅਗਲਾ ਕੁਐਸਚਨ ਸਾਡੇ ਕੋਲ ਹਾਂ ਉਸ ਤੋਂ ਪਹਿਲਾਂ ਥੋੜਾ ਜਿਹਾ ਆਪਾਂ ਡਿਟੇਲ ਦੇਖ ਲਈਏ ਡਿਟੇਲ ਕੀ ਕਹਿੰਦੀ ਆ 2011 ਦੇ ਡਾਟੇ ਦੇ ਅਕੋਰਡਿੰਗ 57.99% ਜਿਹੜੇ ਸੌਰੀ 67% ਜਿਹੜੇ ਹੈਗੇ ਆ ਉਹ ਸਿੱਖੀਜ਼ਮ ਨੂੰ ਰਿਲੇਟਡ ਨੇ 38.49% ਹਿੰਦੂ ਜਨੂ ਰਿਲੇਟਡ ਨੇ ਤੇ 1.93% ਜਿਹੜੇ ਨੇ ਮੁਸਲਿਮ ਧਰਮ ਦੇ ਲੋਕ ਨੇ ਤੇ 크ਰਿਸਚਨ ਨੇ 1.26% ਬਾਕੀ ਤੁਹਾਨੂੰ ਪਤਾ ਜਿਹੜੀ ਆਪਾਂ ਡਿਟੇਲ ਕਰਦੇ ਜੇ ਕੋਈ ਨਵਾਂ ਬੱਚਾ ਆਇਆ ਹੋਗਾ ਉਹਨੂੰ ਪਤਾ ਹੋਣਾ ਚਾਹੀਦਾ ਆ ਇਹ ਡਿਟੇਲ ਆਪਾਂ ਸ਼ਾਮ ਨੂੰ 4 ਵਜੇ ਦੀ ਰੈਗੂਲਰ ਕਲਾਸ ਚ ਕਰਦੇ ਆ ਅੱਜ ਸਪੈਸ਼ਲ ਕਲਾਸ ਆ ਤਾਂ ਕਰਕੇ ਜਿਹੜਾ ਆਪਾਂ ਉਹ ਡਿਟੇਲ ਨਹੀਂ ਕਰ ਰਹੇ ਲੋ ਜੀ ਅਗਲਾ ਕੁਐਸਚਨ ਦੇਖੋ ਕਹਿੰਦੇ ਪੋਪੂਲੇਸ਼ਨ ਦੇ ਹਿਸਾਬ ਨਾਲ ਦੇਖੀਏ ਤਾਂ ਪੰਜਾਬ ਦਾ ਕਿੰਨਾ ਰੈਂਕ ਆ 29 ਸਟੇਟਾਂ ਵਿੱਚ ਹੁਣ 28 ਹੀ ਨੇ ਸਾਡੇ ਕੋਲ ਪਰੇ ਜਦੋਂ ਡਾਟਾ ਆਇਆ ਸੀਗਾ ਉਦੋਂ 29 ਸੀਗੀਆਂ ਇਸ ਕਰਕੇ ਉਹਨਾਂ ਨੇ 29 ਹੀ ਪਾਇਆ ਹੋਇਆ ਸੋ 28 ਸਟੇਟਾਂ ਵਿੱਚੋਂ ਕਹਿੰਦੇ ਅੱਜ ਦੀਆਂ 28 ਸਟੇਟਾਂ ਵਿੱਚੋਂ ਪੰਜਾਬ ਦਾ ਕਿੰਵਾਂ ਰੈਂਕ ਹੈ ਜੀ ਸ਼ਾਬਾਸ਼ ਹਾਂ ਜੀ ਕਰੋ ਜੀ ਆਨਸਰ ਸੋ ਆਨਸਰ ਕੀ ਆ অপਸ਼ਨ ਨੰਬਰ ਸੀ 16ਵਾਂ ਨੰਬਰ ਹੈ ਜੀ ਕਹਿੰਦੇ ਪੰਜਾਬ ਦਾ पाब का करना सर सर सोलवा नंबर है सो य डाटा ही साढ़े को जो आप एरिया वाइज देखिए तो सब तो व्डा राजस्थान आ पापुलेन वाइज़ देखिए सब तो बड़ा उत्तर प्रदेश आ एरिया वाइज़ देखिए गोवा सब तो छोटा आ पापुलेन वाइज देखिए सिक्किम सब तो छोटा आ पॉपुलेशन डेंसिटी वाइज़ देखिए सब तो ज़्यादा बिहार की सब तो घट्ट अरुणाचल प्रदेश की है तो जो आप नंबर वाइज़ देखिए सांब जोड़ा है नंबर पर है पॉपुलेशन वाइज लॉ जी ਅਗਲਾ ਕੁਸ਼ਨ ਇਹਨੂੰ ਕਰੋ ਕਹਿੰਦੇ ਮੈਚ ਕਰੋ ਕਿਹੜੀਆਂ ਕਿਹੜੀਆਂ ਡਿਵੀਜ਼ਨ ਦੇ ਵਿੱਚ ਕਿਹੜੇ-ਕਿਹੜੇ ਜ਼ਿਲ੍ਹੇ ਆਉਂਦੇ ਨੇ ਥੋੜਾ ਸਪੀਡ ਨਾਲ ਕਰੋ ਬੱਚੇ ਮੈਂ ਦੇਖ ਰਿਹਾ ਆ ਕਿ ਕਿਤਾ ਆਨਸਰ ਬਹੁਤ ਘੱਟ ਸਟੂਡੈਂਟ ਕਰ ਰਹੇ ਨੇ ਤੇ ਥੋੜਾ ਸਪੀਡ ਪੇਪਰ ਦੇ ਵਿੱਚ ਸਪੀਡ ਹੀ ਕਮ ਆਉਣੀ ਆ ਸੋ ਪ੍ਰੈਕਟਿਸ ਦਾ ਮਤਲਬ ਹੁੰਦਾ ਚੀਜ਼ਾਂ ਪੜੀਆਂ ਹੋਈਆਂ ਨੇ ਮੈਨੂੰ ਪਤਾ ਮੈਂ ਤੁਹਾਨੂੰ ਕਰਾਇਆ ਹੋਇਆ ਲੇਕਿਨ ਥੋੜੀ ਜੀ ਸਪੀਡ ਲੈ ਕੇ ਉਹ ਤਾਂ ਕਿ ਜਲਦੀ ਆਨਸਰ ਹੋਵੇ ਇੱਕ ਪਾਸੇ ਡਿਵੀਜ਼ਨ ਦੱਸੀਆਂ ਗਈਆਂ ਨੇ ਦੂਜੇ ਪਾਸੇ ਜ਼ਿਲ੍ਹੇ ਦੱਸੇ ਗਏ ਨੇ ਵੀ ਕਿਹੜੀ ਡਿਵੀਜ਼ਨ ਦੇ ਵਿੱਚ ਕਿਹੜੇ-ਕਿਹੜੇ ਜ਼ਿਲ੍ਹੇ ਆਉ ਜਲੰਧਰ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਆਉਂਦੇ ਨੇ ਜਲੰਧਰ ਦੇ ਵਿੱਚ ਕਹਿੰਦੇ ਅ ਮਾਝੇ ਤੇ ਦੁਆਬੇ ਵਾਲੇ ਜ਼ਿਲ੍ਹੇ ਆਉਂਦੇ ਨੇ ਸੋ ਮਾਝੇ ਵਾਲੇ ਆ ਲੋ ਜੀ ਪਠਾਨਕੋਟ ਤੰਤਰ ਅਮਰitsar ਸਾਹਿਬ ਸੋ ਮਤਲਬ ਇਹਦਾ ਕੀ ਹੋ ਗਿਆ ਬੀਏ ਦਾ ਦੂਜਾ ਹੋ ਸਕਦਾ ਹੈ ਸੋ ਜੇ ਏ ਦਾ ਦੂਜਾ ਹੋ ਸਕਦਾ ਹੈ ਤੇ ਬਾਕੀਆਂ ਨੂੰ ਮੈਚ ਕਰ ਲਓ ਬਾਕੀ ਕਿੱਥੇ ਕਿੱਥੇ ਆਉਂਦੇ ਨੇ ਬੀ ਦਾ ਸਾਡੇ ਕੋਲੇ ਫਿਰੋਜ਼ਪੁਰ ਜੋ ਇਹ ਡਿਵੀਜ਼ਨਸ ਨੇ ਯਾਦ ਰੱਖਿਓ ਪੰਜ ਡਿਵੀਜ਼ਨਾਂ ਨੇ ਪੰਜਾਂ ਦੇ ਨਾਮ ਸਾਨੂੰ ਪਤਾ ਹੋਣੇ ਚਾਹੀਦੇ ਨੇ ਸੋ ਇਹਨਾਂ ਵਿੱਚੋਂ ਆਨਸਰ ਆ ਗਿਆ ਆਪਸ਼ਨ ਨੰਬਰ ਏ ਇਜ਼ ਦਾ ਕਰੈਕਟ ਆਨਸਰ ਸ਼ਾਬਾਸ਼ ਇਹ ਕਿੱਦਾਂ ਯਾਦ ਆ ਸਰ ਅਸੀਂ ਮੈਪ ਦੇਖਿਆ ਤੁਸੀਂ ਮੈਪ ਸਾਨੂੰ ਕਰਾਇਆ ਹੋਇਆ ਆ ਮੈਪ ਜਿਹੜਾ ਸੀ ਇਹ ਆਲਰੇਡੀ ਦੇਖ ਚੁੱਕੇ ਆ ਜੀ ਸੋ ਜਲੰਧਰ ਫਿਰੋਜ਼ਪੁਰ ਫਰੀਦਕੋਟ ਪਟਿਆਲਾ ਤੇ ਰੂਪਨਗਰ ਇਹ ਪੰਜ ਡਿਵੀਜ਼ਨਸ ਨੇ ਇਹਨਾਂ ਵਿੱਚੋਂ ਸਭ ਤੋਂ ਵੱਡੀ ਡਿਵੀਜ਼ਨ ਸਭ ਤੋਂ ਛੋਟੀ ਡਿਵੀਜ਼ਨ ਕਿਹੜੇ ਡਿਵੀਜ਼ਨ ਦੇ ਵਿੱਚ ਕਿਹੜੇ-ਕਿਹੜੇ ਜ਼ਿਲ੍ਹੇ ਨੇ ਇਹ ਸਾਰਾ ਕੁਝ ਸਾਨੂੰ ਜਿਹੜਾ ਉਹ ਪਤਾ ਹੋਣਾ ਚਾਹੀਦਾ ਹੈ ਲਓ ਜੀ ਅਗਲਾ ਕੁਐਸਚਨ ਦੇਖੋ ਕੀ ਗੰਦਾ ਪੰਜਾਬ ਨੈਸ਼ਨਲ ਹਾਈ ਕੋਰਟ ਜਿਹੜਾ ਆ ਉਹ ਕਦੋਂ ਸਟੈਬਲਿਸ਼ ਕੀਤਾ ਗਿਆ ਸੀਗਾ ਕਿਹੜੇ ਸਾਲ ਦੇ ਵਿੱਚ ਸਟੈਬਲਿਸ਼ ਹੋਇਆ 150 ਜਣੇ ਬੈਠੇ ਆ ਜੋ ਕਿ ਕਾਫੀ ਘੱਟ ਆ ਤੇ ਆਨਸਰ ਕਰ ਰਿਹਾ ਸਿਰਫ 50 ਬੱਚੇ ਕੀ ਜਿਹੜਾ ਬਾਕੀ 100 ਬੱਚਾ ਆ ਪਲਾਨ ਹੈ ਪੇਪਰ ਕਲੀਅਰ ਕਰਨ ਦਾ ਹਾਂਜੀ ਚਲੋ ਮੰਨ ਸਕਦੇ ਵਿੱਚੋਂ 10 15 ਨੂੰ ਕੋਈ ਕੰਮ ਵੀ ਹੋ ਸਕਦਾ ਕਿਉਂਕਿ ਕਈ ਬੱਚੇ ਇਦਾਂ ਦੇ ਵੀ ਮਿਹਨਤੀ ਹੈਗੇ ਜਿਹੜੇ ਨਾਲ ਦੀ ਨਾਲ ਕੋਈ ਘਰ ਦਾ ਕੰਮ ਕਿਉਂਕਿ ਕਈ ਵੇਲੇ ਲੇਡੀਜ਼ ਦੱਸਦੇ ਹੁੰਦੀਆਂ ਕਿ ਅਸੀਂ ਸਰ ਨਾਲ ਦੀ ਨਾਲ ਵੀ ਘਰ ਦਾ ਕੰਮ ਵੀ ਕਰਦੇ ਨਾਲ ਦੀ ਨਾਲ ਦਿਨ ਕਲਾਸ ਨਾਲ ਚੱਲ ਉਹਨਾਂ ਨੂੰ ਸ਼ੂਟ ਹੈਗੀ ਆ ਬਟ ਬਾਕੀ ਬਾਕੀ ਦਾ ਆਨਸਰ ਕਰੋ ਯਾਰ ਇਹ ਨਾ ਕਰਿਆ ਕਰੋ ਸੋ ਆਨਸਰ ਕੀ ਸਾਡੇ ਕੋਲੇ অপਸ਼ਨ ਨੰਬਰ ਸੀ 1968 ਦੇ ਵਿੱਚ ਕਹਿੰਦੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿਹੜਾ ਉਹ ਸਟੈਬਲਿਸ਼ ਹੁੰਦਾ ਸੋ ਆਬਵੀਅਸ ਆ ਹਰਿਆਣਾ ਪਹਿਲਾਂ ਹੈ ਨਹੀਂ ਸੀਗਾ ਹਰਿਆਣਾ ਉਦੋਂ ਬਣਿਆ ਤੇ ਉਦੋਂ ਹੀ ਇਹਦਾ ਨਾਮ ਜਿਹੜਾ ਬਦਲ ਕੇ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਰ ਦਿੱਤਾ ਗਿਆ ਸੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿਹੜਾ ਉਹ ਕਿਹੜੀ ਕਿਹੜੀ ਸਟੇਟ ਨੂੰ ਸੇਵਾ ਦੇ ਰਿਹਾ ਹੈ ਤੇ ਕਿਹੜੀ ਕਿਹੜੀ ਯੂਟੀ ਨੂੰ ਸੇਵਾ ਦੇ ਰਿਹਾ ਹੈ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੋ ਸਟੇਟਾਂ ਤੇ ਇੱਕ ਯੂਨੀਅਨ ਡੈਟਰੀ ਨੂੰ ਸੇਵਾ ਦੇ ਰਿਹਾ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਹਿੰਦੇ ਉਸ ਪੋਲੀਟੀਕਲ ਲੀਡਰ ਦਾ ਜਿਨੇ ਕੀ ਅ ਡਿਮਾਂਡ ਕੀਤੀ ਸੀ ਕਿ ਸਿੱਖ ਮੈਜੋਰਿਟੀ ਸਟੇਟ ਦੀ ਜਿਹਨੂੰ ਅਸੀਂ ਪੰਜਾਬ ਕਹਿੰਦੇ ਆ ਸੋ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਜਿਹੜਾ ਪੰਜਾਬੀ ਸੂਬਾ ਮੂਵਮੈਂਟ ਚਲਾਈ ਗਈ ਸੀ ਉਹਦਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਸ ਮੂਵਮੈਂਟ ਨੂੰ ਚਲਾਉਣ ਦਾ ਕਾਰਨ ਸੀਗਾ ਕਿ ਉਸ ਸਮੇਂ ਦੇ ਜਿਹੜੇ ਅਕਾਲੀ ਲੀਡਰ ਚਾਹੁੰਦੇ ਸੀਗੇ ਕਿ ਇੱਕ ਏਦਾਂ ਦੀ ਸਟੇਟ ਬਣੇ ਜਿੱਥੇ ਸਿੱਖ ਮੈਜੋਰਿਟੀ ਵਿੱਚ ਹੋਣ ਫੇਰ ਤੁਸੀਂ ਸੋਚੋਗੇ ਪੰਜਾਬੀ ਸੂਬਾ ਉਹਦਾ ਨਾਮ ਕਿਉਂ ਰੱਖਿਆ ਕਿਉਂਕਿ ਪਤਾ ਸੀਗਾ ਕਿ ਜਿਹੜੇ ਮੈਜੋਰਟੀ ਆਫ ਉਸ ਸਮੇਂ ਇੰਡੀਆ ਦੇ ਲੋਕ ਸੀਗੇ ਕਿਉਂਕਿ ਬਾਕੀ ਤਾਂ ਪਾਕਿਸਤਾਨ ਚ ਚਲਾ ਗਿਆ ਸੀਗਾ ਜਿਹੜੇ ਬਾਕੀ ਪੰਜਾਬੀ ਬੋਲਣ ਵਾਲੇ ਬਚੇ ਸੀਗੇ ਮੈਜੋਰਟੀ ਆਫ ਲੋਕੋ ਸਿੱਖ ਧਰਮ ਨਾਲ ਸੰਬੰਧਿਤ ਸੀਗੇ ਸੋ ਜੇ ਉਸ ਸਮੇਂ ਕਹਿੰਦੇ ਦੇਸ਼ ਦਾ ਵਿਭਾਜਨ ਜਿਹੜਾ ਸੀਗਾ ਉਹ ਧਰਮ ਬੇਸਤ ਤਾ ਹੋ ਨਹੀਂ ਸੀ ਸਕਦਾ ਸੋ ਇਸ ਕਰਕੇ ਭਾਸ਼ਾ ਨੂੰ ਚੂਜ਼ ਕੀਤਾ ਗਿਆ ਕਿਉਂਕਿ ਭਾਸ਼ਾ ਦੇ ਬੇਸ ਤੇ ਉਸ ਸਮੇਂ ਦੇਸ਼ ਵੰਡਿਆ ਜਾ ਰਿਹਾ ਸੀਗਾ ਸੋ ਇਸ ਕਰਕੇ ਹੀ ਮਾਸਟਰ ਤਾਰਾ ਸਿੰਘ ਜੀ ਹੋਣਗੇ অপਸ਼ਨ ਨੰਬਰ A ਆਊਗਾ ਜੀ ਮਾਸਟਰ ਤਾਰਾ ਸਿੰਘ ਆਪਸ਼ਨ ਨੰਬਰ ਏ ਸੁਪੋ ਲੈ ਗੱਡਾ ਗਲਤ ਹੈ ਜੀ ਮਾਸਟਰ ਤਾਰਾ ਸਿੰਘ ਜੀ ਹੁਣਾਂ ਨਹੀਂ ਅਗਵਾਈ ਕੀਤੀ ਸੀਗੀ ਇਸ ਪੂਰੇ ਦੇ ਪੂਰੇ ਜਿਹੜੇ ਪ੍ਰੋਗਰਾਮ ਸੀਗਾ ਅਗਲਾ ਕੁਐਸਚਨ ਵਿਚ ਆਫ ਦਾ ਫੋਲੋਇੰਗ ਸਿਟੀ ਇਨ ਪੰਜਾਬ ਇਜ਼ ਲਾਰਜੈਸਟ ਸੈਂਟਰ ਫਾਰ ਹੌਜਰੀ ਆਈਟਮਸ ਇਨ ਇੰਡੀਆ ਸਭ ਤੋਂ ਕਹਿੰਦੇ ਵੱਡਾ ਸ਼ਹਿਰ ਕਿਹੜਾ ਆ ਹੌਜਰੀ ਆਈਟਮ ਦਾ ਸਭ ਤੋਂ ਵੱਡਾ ਕਹਿੰਦੇ ਲੁਧਿਆਣਾ ਮੋਹਾਲੀ ਚੰਡੀਗੜ੍ਹ ਜਾਂ ਫਿਰ ਫਗਵਾੜਾ ਹਾਂਜੀ ਕਰੋ ਜੀ ਆਨਸਰ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਟਿੱਡਾ ਗਲਤ ਟਿੱਡਾ ਵਾਲੀਆਂ ਗਲਤੀਆਂ ਕਰਦਾ ਤਾਂ ਹੀ ਤਾਂ ਨੌਕਰੀਨ ਲੱਗਦੀ ਏ ਦੀ ਮਨ ਆ ਦੇਖੋ ਮੇਰੇ ਨਾਲ ਰਹਿੰਦਾ ਹੋਵੇ ਟੱਡਾ ਤੇ ਨੌਕਰੀ ਨਾ ਲੱਗੇ ਹੋਈ ਨਹੀਂ ਸਕਦਾ ਪਰ ਗਲਤੀਆਂ ਇੱਦੀ ਜੇ ਤੁਸੀਂ ਵੀ ਗਲਤੀਆਂ ਨਹੀਂ ਕਰੋਗੇ ਤਾਂ ਨੌਕਰੀ ਪੱਕਾ ਲੱਗੂਗੀ ਨਹੀਂ ਤਾਂ ਫਿਰ ਕੰਮ ਔਖਾ ਹੋ ਜਾਂਦਾ ਸੋ ਆਪਸ਼ਨ ਨੰਬਰ ਸਾਡੇ ਕੋਲੇ ਕਹਿੰਦੇ ਹੈਗਾ ਜੀ ਲੁਧਿਆਣਾ ਏ ਆਪਸ਼ਨ ਲੁਧਿਆਣਾ ਇਸ ਦਾ கரੈਕਟ ਆਨਸਰ ਲਓ ਜੀ ਲੁਧਿਆਣਾ ਕਿੱਥੇ ਆ ਸਰ ਆ ਰਿਹਾ ਜੀ ਲੁਧਿਆਣਾ ਕਿੱਥੇ ਆ ਜੀ ਆ ਰਿਹਾ ਚਲੋ ਜੀ ਅਗਲਾ ਕੁਐਸਚਨ ਨਾਮ ਦੱਸੋ ਉਸ ਜੀਓਲੋਜੀਕਲ ਪਾਰਕ ਦਾ ਜਿਹੜਾ ਕਹਿੰਦੇ ਪੰਜਾਬ ਦੇ ਵਿੱਚ ਹੈਗਾ ਆ ਤੇ ਉਹ ਸਰਹੰਦ ਕਨਾਲ ਦੇ ਉੱਤੇ ਸਥਿਤ ਹੈ ਸਰਹੰਦ ਕਨਾਲ ਕਿਹੜੀ ਨਦੀ ਚੋਂ ਨਿਕਲਦੀ ਆ ਕਿਹੜੇ ਦਰਿਆ ਚੋਂ ਨਿਕਲਦੀ ਆ ਸਰ ਕਹਿੰਦੇ ਇਹ ਨਿਕਲਦੀ ਆ ਜੀ ਸਾਡੇ ਕੋਲ ਸਤਲੁਜ ਤੋਂ ਕਿੱਥੋਂ ਨਿਕਲਦੀ ਆ ਇਹ ਵੀ ਦੱਸ ਦਿਓ ਕਿੱਥੋਂ ਨਿਕਲਦੀ ਆ ਸਰ ਇਹ ਨਿਕਲਦੀ ਆ ਜੀ ਰੋਪੜ ਤੋਂ ਤੇ ਉਹ ਕਿਹੜੀ ਆ ਵੀਰ ਮੋਤੀ ਨੀਲੋਂ ਵੀਰਤਲਾਬ ਵੀਰਤਲਾਬ ਜਾਫਰੀਨਾ ਵਿੱਚੋਂ ਕੋਈ ਵੀ ਨਹੀਂ ਸ਼ਾਬਾਸ਼ ਆਨਸਰ ਜਰ ਥੋੜੇ ਫਾਸਟ ਕਰੋ ਮੈਂ ਦੇਖ ਰਿਹਾ ਕਿ ਆਨਸਰ ਬਹੁਤ ਸਲੋ ਕਰ ਰਹੇ ਹੋ ਜਲਦੀ ਜਲਦੀ ਪੜੋ ਆਨਸਰ ਤੇ ਆਨਸਰ ਕਰੋ ਨੀਲੋ অপਸ਼ਨ ਨੰਬਰ ਬੀ ਇਜ਼ ਦਾ ਕਰੈਕਟ ਆਨਸਰ ਨੀਲੋ ਮੈਂ ਚਾਹੁੰਦਾ ਕਿ ਵੱਧ ਤੋਂ ਵੱਧ ਅਸੀਂ ਅੱਜ ਕੁਐਸਚਨ ਕਰੀਏ ਵੱਧ ਤੋਂ ਵੱਧ ਕੁਐਸਚਨ ਕਰੀਏ ਤਾਂ ਕਿ ਜਿਹੜੀਆਂ ਸਾਡੀ ਰਿਵੀਜ਼ਨ ਹੋ ਜਾਵੇ ਤੇ ਟੈਸਟ ਜਿਹੜਾ ਉਹ ਸਫਲ ਹੋ ਜਾਵੇ ਤੇ ਲਾਈਕ ਕਰ ਦਿਓ ਜਿਨ੍ਹਾਂ ਨੇ ਹਜੇ ਤੱਕ ਸੈਸ਼ਨ ਨੂੰ ਲਾਈਕ ਨਹੀਂ ਕੀਤਾ ਅਗਲਾ ਕੁਐਸਚਨ ਸਾਡੇ ਕੋਲੇ ਕਰੋਨੋਲੋਜੀ ਸੈਟ ਕਰੋ ਸ सक्सेसर ਆਫ ਮਹਾਰਾਜਾ ਰਣਜੀਤ ਸਿੰਘ ਜੀ ਇਦਾਂ ਦੇ ਕੁਐਸਚਨ ਨੂੰ ਪੇਪਰ ਦੇ ਵਿੱਚ ਮੁਸ਼ਕਲ ਨਾਲ 30 ਸੈਕਿੰਡ ਲੱਗਣੇ ਚਾ 30 ਸਕੰਡ ਮੁਸ਼ਕਲ ਦੇ ਨਾਲ ਸੋ ਮੈਂ 30 ਸਕੰਡ ਤੁਹਾਨੂੰ ਦਿਨਾ ਚਲੋ ਮਹਾਰਾਜਾ ਦਲੀਪ ਸਿੰਘ ਮਹਾਰਾਜਾ ਖੜਕ ਸਿੰਘ ਮਹਾਰਾਜਾ ਨੋਨਿਹਾਲ ਸਿੰਘ ਤੇ ਮਹਾਰਾਜਾ ਸ਼ੇਰ ਸਿੰਘ 30 ਸਕੰਡ ਦੇ ਰਹੇ ਆ 1 2 3 4 5 6 7 8 9 10 11 12 13 14 15 16 17 18 19 20 10 ਸਕੰਡ ਪਹਿਲਾਂ ਹੋ ਗਏ ਸੀਗੇ ਸੋ অপਸ਼ਨ ਨੰਬਰ A ਇਜ਼ ਦਾ ਕਰੈਕਟ ਆਨਸਰ ਕਹਿੰਦੇ ਸਭ ਤੋਂ ਪਹਿਲਾਂ ਮਹਾਰਾਜਾ ਖੜਕ ਸਿੰਘ ਫਿਰ ਮਹਾਰਾਜਾ ਨੋਨਿਹਾਲ ਸਿੰਘ ਫਿਰ ਮਹਾਰਾਜਾ ਸ਼ੇਰ ਸਿੰਘ ਤੇ ਸਭ ਤੋਂ ਲਾਸਟ ਦੇ ਉੱਤੇ ਮਹਾਰਾਜਾ ਦਲੀਪ ਸਿੰਘ ਸੋ ਆਪਸ਼ਨ ਨੰਬਰ ਏ ਬਿਲਕੁਲ ਸਹੀ ਹੈ ਜੇ ਕਿਸੇ ਨੇ ਬੀ ਲਾਇਆ ਸੀ ਲਾਇਆ ਡੀ ਲਾਇਆ ਉਹ ਸਾਰਿਆਂ ਦਾ ਹੋ ਗਿਆ ਗਲਤ ਸੋ ਆਪਸ਼ਨ ਨੰਬਰ ਏ ਬਿਲਕੁਲ ਸਹੀ ਆ ਅਗਲਾ ਕੁਸ਼ਣ ਪੰਜਾਬੀ ਨੋਵਲ ਚੱਟਾ ਲਹੂ ਕਿਸ ਦੇ ਦੁਆਰਾ ਲਿਖਿਆ ਗਿਆ 10 ਮਿੰਟ ਹੋ ਗਏ ਕਲਾਸ ਸ਼ੁਰੂ ਹੋਏ ਨੂੰ 10ਵਾਂ ਸਵਾਲ ਆ ਮਤਲਬ ਉਹ ਸਲੋ ਚੱਲ ਰਹੇ ਆ ਇਸ ਸਾਬ ਨਾਲ 50 ਕੁਸ਼ਣ ਨਹੀਂ ਨਿਬੜਦੇ ਸੋ ਥੋੜੀ ਜੀ ਸਪੀਡ ਆਪਾਂ ਨੂੰ ਵਧਾਉਣੀ ਪੈਣੀ ਆ ਨੋਵਲ ਜਿਹੜਾ ਹੈਗਾ ਆ ਚਿੱਟਾ ਲਹੁ ਕਿਸ ਦੇ ਦੁਆਰਾ ਲਿਖਿਆ ਗਿਆ ਹੈ ਅਮਰਤਾ ਪ੍ਰੀਤਮ ਸ਼ਿਵ ਕੁਮਾਰ ਬਟਾਲਵੀ ਨਾਨਕ ਸਿੰਘ ਜਾਂ ਫਿਰ ਗੁਰਬਖਸ਼ ਸਿੰਘ ਤੇ ਆਨਸਰ ਹੈਗਾ ਜੀ ਨਾਨਕ ਸਿੰਘ ਕਿਹਨਾਂ ਦੁਆਰਾ ਨਾਨਕ ਸਿੰਘ ਸਰ ਮੈਂ ਕਲਾਸ ਵਿੱਚ ਸਬਜੀ ਬਣਾ ਰਿਹਾ ਮੈਨੂੰ ਪਤਾ ਮੈਂ ਦੱਸਿਆ ਨਾ ਕੁਝ ਹੈਗੇ ਨੇ ਜਿਹੜੇ ਨਾਲ ਕੰਮ ਵੀ ਕਰਦੇ ਨੇ ਸੋ ਜਿਹੜੇ ਕੰਮ ਕਰ ਰਹੇ ਨੇ ਕੋਈ ਚੱਕ ਨਹੀਂ ਤੁਸੀਂ ਭਾਈ ਕੰਮ ਵੀ ਕਰੀ ਚੱਲੋ ਪਰ ਕਲਾਸ ਜ਼ਰੂਰ ਸੁਣਿਆ ਕਰੋ ਨਾਲ ਦੀ ਨਾਲ ਤੇ ਕੋਸ਼ਿਸ਼ ਕਰਿਆ ਕਰੋ ਜਿਹੜੇ ਕੰਮ ਨਹੀਂ ਕਰਦੇਓ ਆਨਸਰ ਸਾਰੇ ਜਣੇ ਕਰਿਆ ਕਰੋ ਲਓ ਜੀ ਅਗਲਾ ਕੁਐਸਚਨ ਸਾਡੇ ਕੋਲੇ ਇਹ ਹੈਗਾ ਪਹਿਲਾਂ ਤਾਂ ਇਹਦਾ ਅਗਲੇ ਕੁਐਸਚਨ ਨਾਲ ਚੱਲਦੇ ਆਂ ਹਾਂ ਲਾਈਕ ਜ਼ਰੂਰ ਕਰ ਦਿਓ ਚਾਹੇ ਤੁਸੀਂ ਕੰਮ ਕਰਦੇ ਹੋ ਇੱਕ ਸੈਕਿੰਡ ਕੰਮ ਰੋਕ ਕੇ ਲਾਈਕ ਜ਼ਰੂਰ ਕਲਾਸ ਨੂੰ ਕਰ ਦਿਓ ਜੇ ਲਾਈਕ ਨਹੀਂ ਕੀਤਾ ਤੇ ਕੁਐਸਚਨ ਪੜੋ ਹੁਣ ਬਹੁਤ ਘੈਂਟ ਆ ਹੋ ਮੰਗਦਾ ਫੋਲੋਇੰਗ ਮੈਂਬਰਸ ਆਫ ਦ ਸਟੇਟ ਰੀਓਰਗੇਨਾਈਜੇਸ਼ਨ ਕਮਿਸ਼ਨ ਇਨ 1953 1953 ਦੇ ਵਿੱਚ ਜਿਹੜਾ ਬਣਿਆ ਸੀਗਾ ਇਹਨਾਂ ਵਿੱਚੋਂ ਕਿਹੜਾ ਨਾਟ ਇਨ ਦਾ ਫੇਵਰ ਕਿ ਹਿਮਾਲਾ ਜਿਹੜਾ ਹਿਮਾਚਲ ਪ੍ਰਦੇਸ਼ ਨੂੰ ਮਰਜ ਕਰ ਦਿੱਤਾ ਜਾਵੇ ਪੰਜਾਬ ਦੇ ਨਾਲ ਸੋ ਕੌਣ ਨਹੀਂ ਸੀਗਾ ਫੇਵਰ ਦੇ ਵਿੱਚ ਕਿ ਹਿਮਾਚਲ ਨੂੰ ਪੰਜਾਬ ਦੇ ਨਾਲ ਮਰਜ ਕੀਤਾ ਜਾਵੇ ਜਸਟਿਸ ਫੈਜ਼ਲ ਅਲੀ ਕੇ ਐਮ ਪਣੀਕਰ ਐਚ ਐਨ ਕੁੰਜ਼ੂਰ ਕੁੰਜ਼ਰੂ ਜਾਫਰੀਨਾ ਵਿੱਚੋਂ ਕੋਈ ਵੀ ਨਹੀਂ ਸੋ ਸਾਨੂੰ ਪਤਾ ਆ ਫੈਜ਼ਲ ਅਲੀ ਕਮਿਸ਼ਨ ਦੇ ਜਿਹੜੇ ਹੈੱਡ ਸੀਗੇ ਉਹ ਕਦੇ ਵੀ رائے ਦੇ ਵਿੱਚ ਨਹੀਂ ਸੀ ਕਿ ਹਿਮਾਚਲ ਨੂੰ ਪੰਜਾਬ ਦੇ ਵਿੱਚ ਐਡ ਕੀਤਾ ਜਾਵੇ ਕਿਉਂਕਿ ਮੈਂ ਤੁਹਾਨੂੰ ਦੱਸ ਦਿੰਦਾ ਮਾਸਟਰ ਤਾਰਾ ਸਿੰਘ ਜੀ ਉਹਨਾਂ ਦੀ ਡਿਮਾਂਡ ਕੀ ਸੀਗੀ ਪੰਜਾਬੀ ਸੂਬਾ ਮੂਵਮੈਂਟ ਦਾ ਅਸਲੀ ਮਕਸਦ ਕੀ ਸੀਗਾ ਜਾਂ ਕਹਦੀ ਹੈ ਪੰਜਾਬੀ ਸੂਬਾ ਮੂਵਮੈਂਟ ਦਾ ਅਸਲੀ ਮਤਲਬ ਕੀ ਸੀਗਾ ਉਹ ਮੈਂ ਤੁਹਾਨੂੰ ਸ਼ਾਰਟ ਟਰਮ ਚ ਦੱਸ ਦਿੰਦਾ ਆ ਉਮੀਦ ਆ ਤੁਹਾਨੂੰ ਸਮਝ ਲੱਗ ਗਿਆ ਹੋਊਗਾ ਲਓ ਜੀ ਅਗਲੇ ਕੁਐਸਚਨ ਵੱਲ ਨੂੰ ਮੂਵ ਕਰਦੇ ਆ ਹੂ ਅਮੰਗ ਦਾ ਫਾਲੋਇੰਗ ਬੀਕੇਮ ਦਾ ਫਰਸਟ ਚੀਫ ਕਮਿਸ਼ਨਰ ਆਫ ਪੰਜਾਬ ਪੰਜਾਬ ਦਾ ਪਹਿਲਾ ਚੀਫ ਕਮਿਸ਼ਨਰ ਕੌਣ ਬਣਿਆ ਸੀਗਾ ਇਹ ਪੋਸਟ ਕਦੋਂ ਆਈ ਸੀਗੀ ਪੰਜਾਬ ਦੇ ਵਿੱਚ ਮੈਕਸਰ ਪੁੱਛਦਾ ਹੁਣ ਇਹ ਪੋਸਟ ਕਦੋਂ ਆਈ ਸੀਗੀ ਪੰਜਾਬ ਦੇ ਵਿੱਚ ਚੀਫ ਕਮਿਸ਼ਨਰ ਆਫ ਪੰਜਾਬ ਦੀ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੀਗਾ 1849 ਦੇ ਵਿੱਚ ਤੇ 1853 ਦੇ ਵਿੱਚ ਇਹ ਪੋਸਟ ਆਉਂਦੀ ਆ ਤੇ ਜੌਨ ਲੋਰੈਂਸ ਨੂੰ ਬਣਾ ਦਿੱਤਾ ਜਾਂਦਾ ਆ ਪਹਿਲਾ ਚੀਫ ਕਮਿਸ਼ਨਰ ਆਪਸ਼ਨ ਨੰਬਰ A ਤਿੰਨ ਚੀਜ਼ਾਂ ਪੜ ਲਈਆਂ ਕਿਹੜਾ ਕਿਹੜਾ ਅੰਗਰੇਜ਼ਾਂ ਨੇ ਕਦੋਂ ਪੰਜਾਬ ਨੂੰ ਜਿੱਤਿਆ ਇਹ ਪੋਸਟ ਕਦੋਂ ਆਈ ਤੇ ਕਦੋਂ ਕਹਿੰਦੇ ਇਹ ਬਣਿਆ ਹੈ ਸਾਡੇ ਕੋਲੇ ਕੌਣ ਬਣਿਆ ਸੀਗਾ ਪਹਿਲਾ ਚੀਫ ਕਮਿਸ਼ਨਰ ਆਫ ਪੰਜਾਬ ਚਲੋ ਜੀ ਆ ਹੈ ਸਾਡੇ ਕੋਲੇ ਜੌਨ ਲੋਰੈਂਸ ਜੌਨ ਲੋਰੈਂਸ ਲਓ ਜੀ ਆ ਬਾਕੀ ਡਿਟੇਲ ਬਾਕੀ ਕਿਹੜੀ ਆ ਸਾਡੇ ਕੋਲੇ ਕਹਿੰਦੇ ਲੈਫਟਨੈਂਟ ਗਵਰਨਰ ਕਿਹੜੇ ਕਿਹੜੇ ਸੀ ਜੇ ਆਪਾਂ ਲੈਫਟਨੈਂਟ ਗਵਰਨਰ ਦੀ ਗੱਲ ਕਰੀਏ ਤਾਂ ਲੈਫਟਨੈਂਟ ਗਵਰਨਰ ਦੀ ਪੋਸਟ 1859 ਚਾਹੀ ਆ ਪਹਿਲਾ ਦੂਜਾ ਤੇ ਤੀਜੇ ਨੰਬਰ ਤੇ ਇਹ ਤਿੰਨ ਲੈਫਟਨੈਂਟ ਗਵਰਨਰ ਨੇ ਇਹ ਤੁਸੀਂ ਜ਼ਰੂਰ ਯਾਦ ਰੱਖਣੇ ਨੇ ਠੀਕ ਹੈ ਜੀ ਜੌਨ ਲਾਰੈਂਸੀ ਪਹਿਲੇ ਵੀ ਲੈਫਟਨੈਂਟ ਗਵਰਨਰ ਸੀਗੇ ਸੋ ਵੈਸੇ ਤਾਂ ਮੈਂ ਡਿਟੇਲ ਕਰਾ ਦੇਣਾ ਹਣਾ 4 ਵਜੇ ਦੀ ਕਲਾਸ ਦੇ ਵਿੱਚ ਅੱਜ ਆਪਾਂ ਜ਼ਿਆਦਾ ਡਿਟੇਲਸ ਨਹੀਂ ਜਾਵਾਂਗੇ ਅੱਜ ਆਪਾਂ ਸਿਰਫ ਆਨਸਰਾਂ ਦੇ ਫੋਕਸ ਕਰਾਂਗੇ ਲੋ ਜੀ ਦੇਖੋ ਅਗਲਾ ਕੁਐਸਚਨ ਦੇਖੋ ਕਹਿੰਦੇ ਵਿੱਚ ਇੰਡੀਅਨ ਜਿਹੜੀ ਪਰਸਨੈਲਿਟੀ ਹੈਗੀ ਆ ਉਹਨੂੰ ਨੇਮਡ ਐਜ਼ ਅ ਸਟੇਟ ਆਈਕਨ ਆਫ ਪੰਜਾਬ ਬਾਈ ਦਾ ਇਲੈਕਸ਼ਨ ਕਮਿਸ਼ਨ ਪੁਰਾਣੀ ਆ ਗੱਲ ਪੰਜਾਬ ਦੀ ਇਲੈਕਸ਼ਨ ਹੋ ਚੁੱਕੇ ਆ 150 ਸਰਕਾਰ ਨੂੰ ਅਜ ਨੂੰ ਹੋ ਚੁੱਕੇ ਆ ਲ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਹੋਏ ਸੀਗੇ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਹੋਏ ਸੀਗੇ ਸੋ ਉਸ ਇਲੈਕਸ਼ਨ ਤੋਂ ਬਾਅਦ ਕਹਿੰਦੇ ਉਸ ਇਲੈਕਸ਼ਨ ਤੋਂ ਬਾਅਦ ਇਲੈਕਸ਼ਨ ਦੇ ਵਿੱਚ ਕਿਹਨੂੰ ਬਣਾਇਆ ਗਿਆ ਸੀਗਾ ਸਟੇਟ ਆਈਕਨ ਆਫ ਪੰਜਾਬ ਇਲੈਕਸ਼ਨ ਸੋ ਇਹ ਸੀਗੇ ਸੋਨੂ ਸੂਦ ਕੌਣ ਸੀਗੇ ਸਰ ਸੋਨੂ ਸੂਦ ਠੀਕ ਹੈ ਜਿਹੜਾ ਕਨਫਿਊਜ਼ਨ ਹੋ ਰਿਹਾ ਨਾ ਇੱਕ ਬੱਚਾ ਕਹਿ ਰਿਹਾ ਸਰ ਕਨਫਿਊਜ਼ਨ ਹੁੰਦਾ ਕਿੱਥੇ ਕਨਫਿਊਜ਼ਨ ਹੁੰਦਾ ਲਓ ਜੀ ਇਹਦੇ ਵਿੱਚ ਇਹ ਇਸ ਕੁਐਸਚਨ ਦੇ ਵਿੱਚ ਇਹ ਕਨਫਿਊਜ਼ਨ ਮੈਂ ਅਗਲੀ ਕਲਾਸ 'ਚ ਦੂਰ ਕਰੂੰਗਾ ਰੈਗੂਲਰ 4 ਵਜੇ ਦੀ ਕਲਾਸ ਵਿੱਚ ਦੂਰ ਕਰੂੰਗਾ ਇਸ ਤਰੀਕੇ ਨਾਲ ਕਨਫਿਊਜ਼ਨ ਦੂਰ ਕਰੂੰਗਾ ਕਿ ਕਦੇ ਵੀ ਨਹੀਂ ਭੁੱਲੂਗਾ ਕਿ ਇਹਦਾ ਗਲਤ ਤੇ ਸਹੀ ਆਨਸਰ 'ਚ ਫਰਕ ਕੀ ਹੈ ਵਾਦਾ ਕਰਦਾ ਸੋ ਕੱਲ ਨੂੰ ਜ਼ਰੂਰ ਆਇਓ ਇਹ ਕਨਫਿਊਜ਼ਨ ਆਪਾਂ ਦੂਰ ਜ਼ਰੂਰ ਕਰਾਂਗੇ ਜੀ ਸੋਨੂ ਸੂਦ ਬਿਲਕੁਲ ਸਹੀ ਹੈ ਲਓ ਜੀ ਅਗਲਾ ਕੁਸ਼ਣ ਦੇਖੋ ਫਰਸਟ ਟੂਰਿਜ਼ਮ ਸਮਿਟ ਜਿਹੜੀ ਹੋਈ ਆ ਪੰਜਾਬ ਦੇ ਵਿੱਚ ਉਹ ਕਦੋਂ ਤੋਂ ਲੈ ਕੇ ਕਦੋਂ ਤੱਕ ਹੋਈ ਹੈ ਜੀ ਅ ਇੱਕ ਵਾਰ ਦੇਖੋ ਯਾਰ ਮਾਰੇ ਲਾਈਕ ਨਹੀਂ ਜਿਹਨਾਂ ਨੇ ਕੀਤਾ ਜੀ ਹਾਂ ਜਿਹਨਾਂ ਨੂੰ ਕਨਫਿਊਜ਼ਨ ਹੁੰਦੀ ਹੈ ਕੱਲ ਨੂੰ ਪੱਕਾ ਦੂਰ ਕਰ ਦਾਂਗੇ ਕਨਫਿਊਜ਼ਨ ਡੋਂਟ ਵਰੀ ਹੌਲੀ ਨੇ ਅੱਜ ਅੱਜ ਟੈਸਟ ਹੈ ਜੀ ਕੱਲ ਨੂੰ ਹੌਲੀ ਚੱਲਾਂਗੇ ਅੱਜ ਟੈਸਟ ਚੱਲ ਰਿਹਾ ਸੋ ਮੈਂ ਚਾਹੁੰਦਾ ਕਿ ਵੱਧ ਤੋਂ ਵੱਧ ਆਪਾਂ ਕੁਐਸਚਨ ਕਰੀਏ ਤੇ ਆਨਸਰ ਕਰੋ ਜਲਦੀ ਜਲਦੀ ਤੇ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਲਾਈਕ ਵੀ ਜ਼ਰੂਰ ਕਰ ਦਿਓ ਸੋ ਆਪਸ਼ਨ ਨੰਬਰ ਬੀ ਕਹਿੰਦੇ 11 ਸਤੰਬਰ ਤੋਂ ਲੈ ਕੇ 13 ਸਤੰਬਰ ਤੱਕ ਜਿਹੜਾ ਫਰਸਟ ਟੂਰਿਜ਼ਮ ਸਬਮਿਟ ਚੱਲਣੀ ਹੈ ਸੋ ਜੇ ਕੋਈ ਦੇਖੋ ਜਿਹੜੇ ਬੱਚਿਆਂ ਨੂੰ ਲੱਗਦਾ ਨਾ ਤੇਜ਼ ਆਪਾਂ ਚੱਲ ਰਹੇ ਮੈਨੂੰ ਪਤਾ ਤੁਸੀਂ ਹਜੇ ਨਵੇਂ ਨਵੇਂ ਜੁਆਇਨ ਕੀਤਾ ਕਲਾਸ ਨੂੰ ਕੋਸ਼ਿਸ਼ ਕਰਿਓ ਰੈਗੂਲਰ ਆਓ ਇੱਕ ਵਾਰ ਮੈਂ ਚੈੱਕ ਕਰਨਾ ਚਾਹੁੰਦਾ ਸੀਗਾ ਕਿ ਜਿਹੜੀਆਂ 36 37 ਕਲਾਸਾਂ ਆਪਾਂ ਲੈ ਚੁੱਕੇ ਆ ਤੁਹਾਡੇ ਕਿੰਨੀ ਆਖਿਆ ਜ਼ਿਆਦਾ ਸੋ ਇਸ ਕਰਕੇ ਮੈਂ ਟੈਸਟ ਰੱਖਿਆ ਅੱਜ ਤੁਹਾਨੂੰ ਦੱਸਿਆ ਵੀ ਨਹੀਂ ਸੀਗਾ ਵੀ ਟੈਸਟ ਹੈ ਅੱਜ ਸੋ ਉਮੀਦ ਆ ਤੁਸੀਂ ਇਸ ਟੈਸਟ ਦਾ ਰਿਸਪਾਂਸ ਵਧੀਆ ਦਿਓਗੇ ਤੇ ਸਾਰੇ ਬੱਚੇ ਟੈਸਟ ਦੇ ਵਿੱਚ ਬੈਠੇ ਰਹੋਗੇ ਉੱਠ ਕੇ ਕਿਸੇ ਨੇ ਨਹੀਂ ਜਾਣਾ ਆਹ ਲੋ ਜੀ ਆਪਾਂ ਦੇਖਿਆ ਸੀ ਨਾ ਆ ਵੀ ਕਲਾਸ ਤੁਹਾਨੂੰ ਯਾਦ ਹੋਊਗੀ ਕਿ ਰੰਗਲੇ ਪੰਜਾਬ ਦੇ ਟਾਈਮ ਦੇ ਟੂਰਿਜ਼ਮ ਸਬਮਿਟ ਕਰਾਈ ਗਈ ਸੀਗੀ 11 ਤੋਂ 13 ਸਤੰਬਰ ਦੇ ਵਿੱਚ ਮੈਂ ਕਲਾਸ ਚ ਕਰਵਾਇਆ ਵੀ ਸੀਗਾ ਅਮਿਤਿ ਯੂਨੀਵਰਸਿਟੀ ਦੇ ਵਿੱਚ ਜੋ ਕਿ ਮੁ ਕੀ ਕੁਸ਼ਨ ਕਹਿੰਦਾ ਥੇਅਰ ਵਾਸ ਸੰਤ ਕਬੀਰ ਬੋਰਨ ਸੰਤ ਕਬੀਰ ਜੀ ਦਾ ਜਨਮ ਕਿੱਥੇ ਹੋਇਆ ਸੀਗਾ ਸੰਤ ਕਬੀਰ ਜੀ ਦਾ ਜਨਮ ਕਿੱਥੇ ਹੋਇਆ ਸੀਗਾ ਦਿੱਲੀ ਵਾਰਾਨਸੀ ਮਥੁਰਾ ਜਾਂ ਫਿਰ ਹైదరాబాద్ ਕਿੱਥੇ ਹੋਇਆ ਸੀਗਾ ਸੰਤ ਕਬੀਰ ਜੀ ਦਾ ਜਨਮ ਸੋ ਆਨਸਰ ਹੈਗਾ ਜੀ ਵਾਰਾਨਸੀ ਕਿੱਥੋਂ ਪੜਿਆ ਸੀਗਾ ਸਰ ਪੰਜਾਬ ਝਲਕ ਕਿਤਾਬ ਚੋਂ ਪੜਿਆ ਹੋਇਆ ਹੈ ਨਾ ਪੰਜਾਬ ਝਲਕ ਕਿਤਾਬ ਚੋਂ ਪੜਿਆ ਹੋਇਆ ਹੈ ਚਲੋ ਜੀ ਨੈਕਸਟ ਹੈਗਾ ਕਹਿੰਦੇ ਸ਼ਾਹ ਹੁਸੈਨ ਦਾ ਜਨਮ ਕਿੱਥੇ ਹੋਇਆ ਸੀਗਾ ਸ਼ਾਹ ਹੁਸੈਨ ਦਾ ਜਨਮ ਕਿੱਥੇ ਹੋਇਆ ਸੀਗਾ ਕਰਵਾ ਅਨਸਰ ਸਾਰੇ ਜਣੇ ਬੈਠਿਆਂ ਵਿੱਚ ਸ਼ਾਹ ਹੁਸੈਨ ਦਾ ਜਨਮ ਵਾਰਨਸੀ ਅੰਮ੍ਰਿਤਸਰ ਲਾਹੌਰ ਜਾਂ ਫਿਰ ਮੁਲਤਾਨ ਕਹਿੰਦੇ ਜੀ ਲਾਹੌਰ ਦੇ ਵਿੱਚ ਹੋਇਆ ਸੀਗਾ ਸ਼ਾਹ ਹੁਸੈਨ ਦਾ ਜਨਮ ਸੋ ਇਹ ਵੀ ਕਿੱਥੋਂ ਪੜਿਆ ਇਹ ਵੀ ਅਸੀਂ ਪੜਿਆ ਹੋਇਆ ਹੈ ਸਰ ਪੰਜਾਬ ਚਲਕ ਬੁੱਕ ਦੇ ਵਿੱਚੋਂ ਸੋ ਇੱਥੇ ਐਕਸਪਲੇਨ ਕੀਤਾ ਗਿਆ ਦੇਖੋ ਲਾਹੌਰ ਪਾਕਿਸਤਾਨ ਵਿੱਚ ਜਨਮੇ ਸ਼ਾਹ ਹੁਸੈਨ ਠੀਕ ਲੋਜੀ ਅਗਲਾ ਕੁਐਸਚਨ ਸਾਡੇ ਕੋਲੇ ਖਾਲਸਾ ਵਾਸ ਐਸਟੈਬਲਿਸ਼ਡ ਬਾਈ ਗੁਰੂ ਗੋਬਿੰਦ ਸਿੰਘ ਜੀ ਇਜ਼ ਔਨ ਕਹਿੰਦੇ ਖਾਲਸੇ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਦੋਂ ਕੀਤੀ ਗਈ ਸੀਗੀ 14 ਅਪ੍ਰੈਲ 1699 ਦੇ ਵਿੱਚ 30 ਮਾਰਚ 1699 ਨੂੰ 30 ਨਵੰਬਰ 1689 ਨੂੰ ਜਾਫਰੇਨਾ ਵਿੱਚੋਂ ਕੋਈ ਵੀ ਨਹੀਂ ਅੱਜ ਇਹ ਕਦੋਂ ਖਾਲਸੇ ਦੀ ਸਥਾਪਨਾ ਕੀਤੀ ਗਈ ਸੀਗੀ ਸ਼ਾਬਾਸ਼ ਸ਼ਾਬਾਸ਼ ਖਾਲਸੇ ਦੀ ਸਥਾਪਨਾ ਕਦੋਂ ਕੀਤੀ ਗਈ ਸੀਗੀ 10 ਸੈਕਿੰਡ ਦੇਣ ਲਗਾ 1 2 3 4 5 6 7 8 9 10 অপশন নাম্বার বি কি ਹੈ ਸਰ অপশন নাম্বার বি 30 ਮਾਰਚ 1609 ਨੂੰ ਖਾਲਸੇ ਦੀ ਸਥਾਪਨਾ ਕੀਤੀ ਗਈ ਸੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਿੱਥੇ ਕੀਤੀ ਗਈ ਸੀ ਕਹਿੰਦੇ ਵੇਅਰ ਵੇਅਰ ਕਹਿੰਦੇ ਇਹ ਕੀਤੀ ਗਈ ਸੀ ਹਾਂਜੀ ਕਿੱਥੇ ਸਰ ਅਨੰਦਪੁਰ ਸਾਹਿਬ ਵਿਖੇ ਅਨੰਦਪੁਰ ਸਾਹਿਬ ਵਿਖੇ ਜਦੋਂ ਵਿਸਾਖੀ ਦਾ ਤਿਹਾੜ ਸੀਗਾ ਲਓ ਜੀ ਕੈਂਸਰ ਕੇਅਰ ਸੈਂਟਰ ਜਿਹੜਾ ਇੱਕ ਬਣਾਇਆ ਗਿਆ ਉਹ ਕਿਹੜੇ ਸ਼ਹਿਰ ਦੇ ਵਿੱਚ ਬਣਾਇਆ ਗਿਆ ਹੈ ਚਲੋ ਜੀ ਕੈਂਸਰ ਕੇਅਰ ਸੈਂਟਰ ਕਿਹੜੇ ਸ਼ਹਿਰ ਦੇ ਵਿੱਚ ਬਣਾਇਆ ਗਿਆ ਕਬੂਤਲਾ ਅਮ੍ਰਿਤਸਰ ਫਾਜ਼ਲ ਕਾ ਜਾਂ ਫਿਰ ਹੁਸ਼ਿਆਰਪੁਰ ਹਾਂਜੀ ਕਿੱਥੇ ਸਰਫਾਜ਼ਲ ਕਾ ਦੇ ਵਿੱਚ ਕਿੱਥੇ ਬਣਾਇਆ ਗਿਆ ਹੈ ਫਾਜ਼ਲ ਕਾ ਦੇ ਵਿੱਚ ਹੁਣ ਮੰਨ ਚ ਹੋਊਗਾ ਨਾ ਜੇ ਦੀ ਡਿਟੇਲ ਪੜੀਏ ਮੈਂ ਕੀ ਕਹਿ ਕੇ ਹਟਿਆ ਡਿਟੇਲ 4 ਵਜੇ ਵਾਲੀ ਕਲਾਸ ਵਿੱਚ ਪਹਿਲੀ ਵਾਰ ਆਇਓ ਨਵੇਂ ਆਇਓ ਕਲਾਸ ਦਾ ਨਹੀਂ ਪਤਾ ਮੈਂ ਟਾਈਮ ਦੱਸ ਦੇਣਾ ਚਾਹਣਾ ਆ ਆਪਾਂ ਰੈਗੂਲਰਲੀ ਸ਼ਾਮ ਨੂੰ 4 ਵਜੇ ਕਲਾਸ ਲਾਉਂਦੇ ਹੁੰਦੇ ਆ ਸੋ ਉਹਦੇ ਵਿੱਚ ਆਪਾਂ ਡਿਟੇਲ ਚ ਪੜਦੇ ਲੇਕਿਨ ਅੱਜ ਲਾਈਵ ਟੈਸਟ ਆ ਸੋ ਆਪਣੀ ਸਪੀਡ ਥੋੜੀ ਜ਼ਿਆਦਾ ਰਹੂਗੀ ਕੋਸ਼ਿਸ਼ ਕਰੋ ਰੋਜ਼ ਇਸ ਕਲਾਸ ਨੂੰ ਜੁਆਇਨ ਕਰਨ ਦੀ ਅਮ੍ਰਿਤਸਰ ਸ਼ਹਿਰ ਕਹਿੰਦੇ ਕਦੋਂ ਫਾਊਂਡ ਕੀਤਾ ਗਿਆ ਸੀਗਾ ਕਿਹੜੇ ਸਾਲ ਦੇ ਵਿੱਚ 1539 1574 1590 ਜਾਂ ਫਿਰ 1594 ਤੁਹਾਨੂੰ ਬਾਕੀ ਸਾਲਾਂ ਬਾਰੇ ਵੀ ਪਤਾ ਹੋਵੇ ਕਿ ਬਾਕੀ ਸਾਲਾਂ ਵਿੱਚ ਕੀ ਕੀ ਹੋਇਆ ਸੀਗਾ ਸੋ ਆਪਸ਼ਨ ਨੰਬਰ B ਇਜ਼ ਦਾ ਕਰੈਕਟ ਆਨਸਰ ਕਹਿੰ 1574 ਦੇ ਵਿੱਚ ਕਦੋਂ ਸਰ 1574 ਦੇ ਵਿੱਚ ਕਹਿੰਦੇ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕੀਤੀ ਗਈ ਸੀਗੀ ਚੌਥੇ ਪਾਸ਼ਾ ਗੁਰੂ ਰਾਮਦਾਸ ਮਹਾਰਾਜ ਜੀ ਦੁਆਰਾ ਲੋ ਜੀ ਅੰਮ੍ਰਿਤਸਰ ਸ਼ਹਿਰ ਮਾੜਾ ਜਿਹਾ ਆਈਡੀਆ ਦੇਖ ਲਓ ਵੈਸੇ ਤਾਂ ਹੋਰ ਵੀ ਬਹੁਤ ਜਗ੍ਹਾ ਹੈਗੀਆਂ ਨੇ ਇਸ ਸ਼ਹਿਰ ਦੀਆਂ ਦੇਖਣ ਵਾਲੀਆਂ ਸੋ ਅਗਲਾ ਕੁਐਸਚਨ ਸਾਡੇ ਕੋਲੇ ਦਾ ਹੈਡਕੁਆਟਰ ਆਫ ਦਾ ਗਦਰ ਪਾਰਟੀ ਵਾਸ ਇਟ ਜੇਪਾ ਗਦਰ ਪਾਰਟੀ ਦੇ ਹੈੱਡਕੁਆਟਰ ਦੀ ਗੱਲ ਕਰੀਏ ਤਾਂ ਸਾਨੂੰ ਕਿੱਥੇ ਦੇਖਣ ਨੂੰ ਮਿਲਦਾ ਲਓ ਜੀ ਮਾਸਕੋ ਦੇ ਵਿੱਚ ਬਰਲਿਨ ਦੇ ਵਿੱਚ ਜਾਂ ਫਿਰ ਸੈਨ ਫਰਾਂਸਿਸਕੋ ਜਾਂ ਫਿਰ ਲਾਇਸ ਐਂਜਲਸ ਲਾਸ ਐਂਜਲਸ ਹਾਂਜੀ ਕਿੱਥੇ ਦੇਖਣ ਨੂੰ ਮਿਲਦਾ ਸਰ ਹੈੱਡਕੁਆਟਰ ਆਫ ਗਦਰ ਪਾਰਟੀ ਸੋ ਗਦਰ ਪਾਰਟੀ ਕਦੋਂ ਬਣਾਈ ਗਈ ਸੀ ਇਹ ਵੀ ਦੱਸ ਦਿਓ ਕਹਿੰਦੇ ਜੇ ਗਦਰ ਪਾਰਟੀ ਦੀ ਗੱਲ ਕਰੀਏ ਤਾਂ ਇਹ ਬਣੀ ਸੀਗੀ 1913 ਦੇ ਵਿੱਚ ਕਿੱਥੇ ਬਣੀ ਸੀਗੀ ਸੈਨ ਫਰਾਂਸਿਸਕੋ ਵਿੱਚ ਇਹਨਾਂ ਦਾ ਹੈੱਡਕੁਆਟਰ ਸੀਗਾ ਸੋ ਆਪਸ਼ਨ ਨੰਬਰ ਸੀ ਸੈਨ ਫਰਾਂਸਿਸਕੋ ਕਿੱਥੇ ਆ ਯੂ ਐਸ ਏ ਦੇ ਵਿੱਚ ਚਲੋ ਜੀ ਹੜੱਪਨ ਸਿਵਲਾਈਜੇਸ਼ਨ ਬਿਲੋਂਗਸ ਟੂ ਵਿਚ ਆਫ ਦਾ ਫਾਲੋਇੰਗ ਪੀਰੀਅਡ ਕਹਿੰਦੇ ਜੇ ਹੜੱਪਨ ਸਿਵਲਾਈਜੇਸ਼ਨ ਦੀ ਗੱਲ ਕਰੀਏ ਤਾਂ ਇਹ ਟਿਖਿਆ ਵਿੱਚੋਂ ਕਿਸ ਸਮੇਂ ਦੇ ਨਾਲ ਇਹ ਸੰਬੰਧਿਤ ਹੈ ਤੁਹਾਨੂੰ ਯਾਦ ਹੋਊਗਾ ਇਹ ਵਾਲਾ ਕੁਐਸਚਨ ਡਿੱਟੋ ਪੇਪਰ 'ਚ ਆਇਆ ਹੋਇਆ ਸੀਗਾ ਹੁਣ ਮੇਰੀ ਯਾਦ ਆ ਕਿ ਐਕਸਰਸਾਈਜ਼ ਆ ਸੀਗਾ ਕਿ ਕਿਹੜੇ ਪੇਪਰ 'ਚ ਆ ਸੀਗਾ ਜੀ ਤੁਹਾਨੂੰ ਜਾਦਾ ਜ਼ਰੂਰ ਦੱਸਿਓ ਡਿੱਟੋ ਪੇਪਰ 'ਚ ਆਇਆ ਹੋਇਆ ਕੁਐਸਚਨ ਹੈ ਸੋ ਸਟੋਨ ਏਜ ਪੀਰੀਅਡ ਬ੍ਰੌਂਜ਼ ਜਾਂ ਫਿਰ ਕਾਪਰ ਜਾਂ ਫਿਰ ਆਇਰਨ ਸੋ ਸਰ ਕਿਹੜਾ ਹੈ ਜੀ ਕਹਿੰਦੇ ਬ੍ਰੌਂਜ਼ ਏਜ ਦੇ ਨਾਲ ਸੰਬੰਧਿਤ ਹੈ ਆਪ ਕਿਹੜਾ ਸਬੰਧਿਤ ਹੈ ਜੀ ব্রونز এজ ਦੇ ਨਾਲ ਸਬੰਧਿਤ ਹੈ অপਸ਼ਨ ਨੰਬਰ B ਇਸ ਦਾ கரੈਕਟ ਆਨਸਰ ਇੱਕ ਵਾਰ ਲਾਈਕ ਕਰ ਦਿਓ ਮੈਂ ਦੇਖ ਰਿਹਾ ਕਿ ਬੱਚੇ ਲਾਈਕ ਨਹੀਂ ਕਰ ਰਹੇ ਹਜੇ ਵੀ 70 80 ਸਟੂਡੈਂਟ ਵਿਦਆਊਟ ਲਾਈਕ ਕੀਤੇ ਬੈਠੇ ਨੇ ਆਪਦੀ ਹਾਜ਼ਰੀ ਜ਼ਰੂਰ ਲਵਾਇਆ ਕਰੋ ਜਦੋਂ ਕਲਾਸ ਚੋਂ ਨੇ ਉਹ ਸਭ ਤੋਂ ਪਹਿਲਾ ਕੰਮ ਕੀ ਹੈ ਸਰ ਹਾਜ਼ਰੀ ਲਵਾ ਦਈਏ ਸੋ ਹਾਜ਼ਰੀ ਜ਼ਰੂਰ ਲਵਾਓ ਤੇ ਆਹ ਕੁਐਸਚਨ ਪੜੋ ਤੇ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਕੋਸ਼ਿਸ਼ ਕੀ ਕਰਨੀ ਆ ਵੀ ਸਰ ਤੇਜ਼ੀ ਨਾਲ ਥੋੜਾ ਜਿਹਾ ਪੜ੍ਹਨਾ ਸੀ ਹਾਂ ਥੋੜੀ ਤੇਜ਼ੀ ਨਾਲ ਪੜਨਾ ਸੋ ਤੇਜ਼ੀ ਨਾਲ ਪੜੋ ਪੰਜਾਬ ਸਟੇਟ ਰੀਆਰਗੇਨਾਈਜੇਸ਼ਨ ਐਕਟ ਦੀ ਗੱਲ ਕਰਦੇ ਹਾਂ 1966 ਦੇ ਵਿੱਚ ਬਣਾਇਆ ਗਿਆ ਸੀਗਾ ਜਿਸ ਨੇ ਪੰਜਾਬ ਤੇ ਰਿਆਹਾਂ ਨੂੰ ਅਲੱਗ-ਅਲੱਗ ਕੀਤਾ ਸੀਗਾ ਕਹਿੰਦੇ ਇਹ ਕਿਹਦੀ ਰეკਮੈਂਡੇਸ਼ਨ ਤੇ ਬਣਾਇਆ ਗਿਆ ਸੀਗਾ ਮਤਲਬ ਇਹਦਾ ਸਲਾਹ ਦੇਣ ਵਾਲਾ ਕੌਣ ਸੀਗਾ ਧਾਰ ਕਮਿਸ਼ਨ ਦਾਸ ਕਮਿਸ਼ਨ ਸ਼ਾਹ ਕਮਿਸ਼ਨ ਜਾਂ ਫਿਰ ਮਹਾਜਨ ਕਮਿਸ਼ਨਸ ਆਰ ਆਪਸ਼ਨ ਨੰਬਰ ਸੀ ਸ਼ਾਹ ਕਮਿਸ਼ਨ ਸਾਨੂੰ ਪਤਾ ਜੀ ਤਿੰਨ ਮੈਂਬਰ ਸੀਗੇ ਇਸ ਸ਼ਾਹ ਕਮਿਸ਼ਨ ਦੇ ਜੋ ਪਤਾ ਹੋਵੇ ਤਾਂ ਕਲਾਸ ਦੇ ਖਤਮ ਹੋਣ ਤੋਂ ਬਾਅਦ ਕਮੈਂਟ ਬਾਕਸ ਦੇ ਵਿੱਚ ਇਹਨਾਂ ਤਿੰਨਾਂ ਮੈਂਬਰਾਂ ਦੇ ਨਾਮ ਜ਼ਰੂਰ ਦੱਸਿਓ ਕਿਉਂਕਿ ਮੈਂ ਰੈਗੂਲਰ ਤੁਹਾਨੂੰ ਕਰਾਏ ਹੋਏ ਨੇ ਅਗਲਾ ਕੁਐਸਚਨ ਕੋਟਲਾ ਨਿਹੰਗ ਖਾਨ ਜਿਹੜਾ ਹੈਗਾ ਰੋਪੜ ਦੇ ਵਿੱਚ ਆ ਉਹ ਕਦੋਂ ਡਿਸਕਵਰ ਕੀਤਾ ਗਿਆ ਕੋਟਲਾ ਨਿਹੰਗ ਖਾਨ ਸਾਲ 1928 1920 1929 ਤੇ ਜਾਂ ਫਿਰ 1930 ਕਦੋਂ ਇਹਨੂੰ ਲੱਭਿਆ ਗਿਆ ਸੀਗਾ ਕੋਟਲਾਨ ਹੰਖਾਂ ਨੂੰ ਇਹ ਸਾਈਟ ਕਿਹਦੀ ਆ ਹੜੱਪਾ ਦੀ ਸਾਈਟ ਆ ਕਿੱਥੇ ਸਥਿਤ ਆ ਸਾਡੇ ਕੋਲ ਪੰਜਾਬ ਦੇ ਵਿੱਚ ਸਥਿਤ ਆ ਪੰਜਾਬ ਦੇ ਵਿੱਚ ਕਿੱਥੇ ਆ ਜੀ ਰੋਪੜ ਦੇ ਵਿੱਚ ਆ ਸੋ ਇਹਨੂੰ ਕਦੋਂ ਲੱਭਿਆ ਗਿਆ ਸੀਗਾ ਹੜੱਪਾ ਦੀ ਗੱਲ ਕਰੀਏ 2500 BC ਤੋਂ ਲੈ ਕੇ 1750 BC ਤੱਕ ਸਾਨੂੰ ਇਹਦਾ ਟਾਈਮ ਪੀਰੀਅਡ ਦੇਖਣ ਨੂੰ ਮਿਲਦਾ ਆ ਤੇ ਆਨਸਰ ਹੈਗਾ ਸਾਡੇ ਕੋਲ ਜੀ অপਸ਼ਨ ਨੰਬਰ ਸੀ 1929 ਕਿਹੜਾ ਹੈ ਜੀ 1900 29 ਅਗਲਾ ਕੁਐਸਚਨ ਨੇਕਡ ਟ੍ਰਾਇੰਗਲ ਆਟੋ ਬਾਇਓਗ੍ਰਾਫੀ ਹੈ ਕੁਐਸਚਨ ਤੋਂ ਪਤਾ ਲੱਗ ਗਿਆ ਕਿ ਨੇਕਡ ਟ੍ਰਾਇੰਗਲ ਇੱਕ ਰਾਈਟਿੰਗ ਹੈ ਰਚਨਾ ਹੈ ਜਿਹੜੀ ਕਿ ਆਟੋ ਬਾਇਓਗ੍ਰਾਫੀ ਹੈ ਸਵੈ ਜੀਵਨੀ ਹੈ ਆਤਮਕਥਾ ਹੈ ਸੋ ਇਹ ਕਿਸ ਦੇ ਦੁਆਰਾ ਲਿਖੀ ਗਈ ਹੈ ਬਲਰਾਜ ਸਾਨੀ ਬਲਵੰਤ ਗਾਰਗੀ ਜਸਵੰਤ ਸਿੰਘ ਕਨਵਲ ਜਾਂ ਫਿਰ ਕਰਤਾਰ ਸਿੰਘ ਦੁੱਗਲ ਹਾਂਜੀ ਕਿਹਨਾਂ ਦੀ ਇਹ ਰਚਨਾ ਹੈ ਦੱਸ ਦਿਨੂਗਾ ਆਨਸਰ ਕਰ ਦਿਓ ਜੀ 1 2 3 4 5 6 7 8 9 ਤੇ 10 <coughs> वैसे मैं टाइमर वाला से का टाइमर थोड़ा जा मैं भूल uh, गया टाइमर लाਉਣ ਨੂੰ ਤੇ ਆਨਸਰ ਹੈਗਾ ਬਲਵੰਤ ਗਾਰਗੀ ਜੀ অপਸ਼ਨ ਨੰਬਰ ਅ ਸੀ ਇਸ ਦਾ கரੈਕਟ ਆਨਸਰ ਆਨੇ ਬਲਵੰਤ ਗਾਰਗੀ ਜੀ ਸੀ অপਸ਼ਨ ਬਿਲਕੁਲ ਸਹੀ ਹੈ ਜੀ ਅਗਲਾ ਕੁਐਸਚਨ ਹੂ ਐਕਸਕਵੇਟਡ ਦਾ ਹੜੱਪਨ ਰਿਮੇਨਸ ਐਟ ਦਾ ਰੂਪਨਗਰ ਆਫ ਪੰਜਾਬ ਕਹਿੰਦੇ ਪੰਜਾਬ ਦੇ ਵਿੱਚ ਇਸ ਕੁਐਸਚਨ ਆਨਸਰ ਕਰੋ ਤੇ 25 ਹੋ ਗਿਆ ਨਾ 25 ਮੈਨੂੰ ਦੱਸਿਓ ਸਾਰੇ ਜਾਣੇ ਵੀ 25 ਵਿੱਚੋਂ ਕਿੰਨੇ-ਕਿੰਨੇ ਸਹੀ ਹੋਏ ਨੇ ਇਦੋਂ ਬਾਅਦ ਜਿੰਨੇ ਜਾਣੇ ਬੈਠੇ ਹੋ। ਚਾਹੇ ਤੁਸੀਂ ਕੁਝ ਕੰਮ ਵੀ ਕਰੋ ਉਹਨਾਂ ਦਾ ਇੱਕ ਵਾਰ ਇਹਦਾ ਜ਼ਰੂਰ ਦੱਸ ਦਿਓ ਵੀ ਕਿੰਨੇ ਗਲਤ ਹੋ ਗਏ ਕਿੰਨੇ ਸਹੀ ਹੋ ਗਏ। 25 ਵਿੱਚੋਂ ਕਿੰਨੇ ਸਹੀ ਨੇ? A B C D ਚਾਰ ਆਪਸ਼ਨ ਨੇ। ਹੁਣ ਇਹਦਾ ਆਨਸਰ A ਆਉਣਾ। ਜਿਨ੍ਹਾਂ ਨੇ B ਲਾਇਆ ਗਲਤ ਹੋ ਜਾਊਗਾ ਕਿਉਂ? ਕਿਉਂਕਿ ਉਹਨਾਂ ਨੇ ਸੋਚਿਆ ਕਿ ਸ਼ਾਇਦ ਪੁੱਛਿਆ ਗਿਆ ਕਿ ਹੜੱਪਾ ਦੀ ਸਾਈਟ ਕਿਹਨੇ ਲੱਭੀ ਆ ਕਹਿੰਦਾ ਨਹੀਂ। ਹੜੱਪਾ ਦੇ ਰਿਮੇਨਸ ਜਿਹੜੇ ਕਿ ਰੋਪੜ ਦੇ ਵਿੱਚ ਆ ਉਹੋ ਮਤਲਬ ਕੀ ਰੋਪੜ ਬਾਰੇ ਪੁੱਛਿਆ ਗਿਆ ਹੈ ਸੋ ਆਪਸ਼ਨ ਨੰਬਰ ਏ ਆਊਗਾ ਜੀ ਬੀ ਨਹੀਂ ਆਊਗਾ ਹਾਂਜੀ ਦੱਸੋ ਕਿਹਦੇ ਕਿੰਨੇ ਕਿੰਨੇ ਸਹੀ ਨੇ ਵਾਈਡੀ ਸ਼ਰਮਾ ਜੀ ਦੁਆਰਾ ਕਹਿੰਦੇ ਹੜੱਪਾ ਦੇ ਰਿਮੇਨਜ਼ ਜਿਹੜੇ ਰੋਪੜ ਦੇ ਵਿੱਚ ਸੀਗੇ ਉਹ ਲੱਭੇ ਗਏ ਸੀਗੇ ਕਿਸ ਸਨ ਦੇ ਵਿੱਚ ਲੱਭੇ ਗਏ ਸੀਗੇ ਕਿਸੇ ਨੂੰ ਪਤਾ ਆ ਜਿਹੜਾ ਹੜੱਪਾ ਦਾ ਰੂਪਨਗਰ ਵਾਲਾ ਸ਼ਹਿਰ ਆ ਜਾਂ ਇੱਥੇ ਜਿਹੜੀਆਂ ਸਾਈਟ ਨੇ ਉਹ ਕਿਸ ਸਾਲ ਦੇ ਵਿੱਚ ਲੱਭੇ ਗਏ ਸੀਗੇ ਹਾਂਜੀ ਕਿਸ ਸਾਲ ਦੇ ਵਿੱਚ ਬੋਕੀਆਂ ਦੀ ਗੱਲ ਤਾਂ 21 16 22 23 ਚਲੋ 23 24 25 ਵਾਲਾ ਠੀਕ ਆ ਬਟ ਇਹ ਦੋ ਘਾਟਾ ਦਾ ਥੋੜਾ ਲੋੜ ਆ 24 23 24 ਵਾਲੇ ਵੈਲ ਵੈਲ ਠੀਕ ਆ ਠੀਕ ਆ ਆ ਜ਼ਰੂਰ ਦੱਸੋ ਜਿਹੜਾ ਮੈਂ ਪਿਛਲਾ ਕੁਐਸਚਨ ਪੁੱਛਿਆ ਸੀਗਾ ਲੋ ਜੀ ਅਗਲੇ ਕੁਐਸਚਨ ਤੇ ਆਪਾਂ ਮੂਵ ਕਰਦੇ ਆ ਅਕੋਰਡਿੰਗ ਟੂ ਸੈਂਸਸ 2011 ਵਿਚ ਡਿਸਟ੍ਰਿਕਟ ਆਫ ਪੰਜਾਬ ਹੈਜ਼ ਬੀਨ ਲੋਇਸਟ ਲਿਟਰੇਸੀ ਰੇਟ ਕਹਿੰਦੇ ਕਿਹੜੀ ਡਿਸਟ੍ਰਿਕਟ ਦੀ ਸਭ ਤੋਂ ਘੱਟ ਲਿਟਰੇਸੀ ਰੇਟ ਹੈ ਪਟਿਆਲਾ ਮੋਗਾ ਖੰਨਾ ਜਾਂ ਫਿਰ ਮਾਨਸਾ ਪੜ੍ਹੇ ਰਿਖ ਲੋ ਕਿੱਥੋਂ ਦੇ ਘੱਟ ਨੇ 2011 ਦਾ ਡਾਟਾ ਕਦੋਂ ਦਾ ਸਰ 2011 ਦਾ ਡਾਟਾ ਹੁਣ ਦਾ ਨਹੀਂ ਹੈਗਾ ਪੁਰਾਣਾ ਆ ਚਲੋ ਦੇਖਦੇ ਪੁਰਾਣੇ ਡਾਟੇ ਦੇ ਅਕੋਰਡਿੰਗ ਕੀ ਸਾਡੇ ਕੋਲ ਆਨਸਰ ਆਉਂਦਾ ਆ ਸੋ ਮਾਨਸੀ ਦੇ ਕਹਿੰਦੇ ਲੋਕ ਕਾਫੀ ਘੱਟ ਪੜੇ ਲਿਖੇ ਨੇ ਇਹ ਮੈਂ ਨਹੀਂ ਕਹਿੰਦਾ 2011 ਦਾ ਇਹ ਡਾਟਾ ਕਹਿ ਰਿਹਾ ਜੀ ਅਗਲਾ ਕੁਐਸਚਨ ਗੁਰੂ ਅਮਰਦਾਸ ਜੀ ਦੁਆਰਾ ਕਿਹੜਾ ਸ਼ਹਿਰ ਬਸਾਇਆ ਗਿਆ ਹੈ ਗੁਰੂ ਅਮਰਦਾਸ ਜੀ ਦੁਆਰਾ ਕਿਹੜਾ ਸ਼ਹਿਰ ਬਸਾਇਆ ਗਿਆ ਹੈ ਜੀ ਦੱਸੋ ਹਾਂਜੀ ਸ਼ਾਬਾਸ਼ ਕੀਰਤਪੁਰ ਸਾਹਿਬ ਦਿੱਲੀ ਅੰਮ੍ਰਿਤਸਰ ਸਾਹਿਬ ਜਾਂ ਫਿਰ ਗੋਇੰਦਵਾਲ ਸਾਹਿਬ ਸੋ ਆਪਸ਼ਨ ਨੰਬਰ ਡੀ ਆਪਸ਼ਨ ਨੰਬਰ ਡੀ ਕਹਿੰਦੇ ਕੀ ਆ ਸਰ ਗੋਇੰਦਵਾਲ ਸਾਹਿਬ ਵਸਾਇਆ ਗਿਆ ਕਿਸ ਨਦੀ ਦੇ ਕਿਨਾਰੇ ਤੇ ਹੈ ਗੋਇੰਦਵਾਲ ਸਾਹਿਬ ਕਿਸ ਨਦੀ ਦੇ ਕਿਨਾਰੇ ਤੇ ਹੈ ਸਰ ਬਿਆਸ ਨਦੀ ਦੇ ਕਿਨਾਰੇ ਉੱਤੇ ਸਥਿਤ ਹੈ ਗੋਇੰਦਵਾਲ ਸਾਹਿਬ ਕਿਹੜੇ ਜ਼ਿਲ੍ਹੇ 'ਚ ਹੈ ਜੀ ਤਰਨਤਾਰਨ ਸਾਹਿਬ ਜ਼ਿਲ੍ਹੇ ਦੇ ਵਿੱਚ ਹੈ ਅਗਲਾ ਕੁਐਸਚਨ ਕਹਿੰਦੇ ਵਿੱਚ ਸਿੱਖ ਗੁਰੂ ਸਟਾਰਟਡ ਦਾ ਟ੍ਰੈਡੀਸ਼ਨ ਆਫ ਮਲਖੜਾ ਕਿਹੜੇ ਸਿੱਖ ਗੁਰੂ ਨੇ ਮਲ ਅਖਾਰੇ ਦੀ ਪਰੰਪਰਾ ਨੂੰ ਚਲਾਇਆ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਜਾਂ ਫਿਰ ਗੁਰੂ ਰਾਮਦਾਸ ਜੀ ਕਿਸ ਗੁਰੂ ਜੀ ਨੇ ਇਸ ਪਰੰਪਰਾ ਨੂੰ ਚਲਾਇਆ ਹੈ ਲੋ ਜੀ ਦੱਸੋ ਜੋ ਦੇਖਿਆ ਕੇਬੀਸੀ ਕੌਣ ਬਣੇਗਾ ਕਰੋੜਪਤੀ ਉਹ ਵੀ ਐ ਕੁਰਸੀ ਤੇ ਬੈਠਾ ਹੁੰਦਾ ਅੱਜ ਮੈਂ ਵੀ ਬੈਠ ਕੇ ਦੇਖਣਾ ਵੀ ਤੁਸੀਂ ਇਹਦਾ ਆਨਸਰ ਕੀ ਕਰਦੇ ਹੋ ਜੀ ਚਲੋ ਜੀ ਸ਼ਾਬਾਸ਼ ਕਰੋ ਕਹਿੰਦੇ ਕਿਸ ਗੁਰੂ ਜੀ ਨੇ ਮੱਲ ਅਖਾਰੇ ਦਾ ਟ੍ਰੈਡੀਸ਼ਨ ਚਲਾਇਆ ਸੀਗਾ ਸੋ ਆਨਸਰ ਸਾਡੇ ਕੋਲ ਕੀ ਆ ਆਪਸ਼ਨ ਨੰਬਰ ਓਹੋ ਮੱਲ ਖਾੜਾ ਕਹਿੰਦੇ অপਸ਼ਨ ਨੰਬਰ ਵੈਸੇ B ਆਉਣਾ ਸੌਰੀ C ਆਉਣਾ ਗਲਤ ਹੈ ਜੀ ਇਹ ਵਾਲਾ C অপਸ਼ਨ ਗੁਰੂ ਅੰਗਦ ਦੇਵ ਜੀ ਮਾਲਾ ਖੜਾ ਕਹਿੰਦੇ অপਸ਼ਨ ਨੰਬਰ C ਆਊਗਾ ਆ ਗਲਤ ਹੈ ਜੀ ਭੋਲੇ ਕੱਢ ਡਾ ਗਲਤ ਇੱਥੇ ਵੀ ਸੋ ਆਨਸਰ ਆਜੂਗਾ ਜੀ অপਸ਼ਨ ਨੰਬਰ C ਜਿਹਨਾਂ ਨੇ ਲਾਇਆ ਬਿਲਕੁਲ ਸਹੀ ਹੈ ਗੁਰੂ ਅੰਗਦ ਦੇਵ ਜੀ ਮਾਲਾ ਖੜਾ ਇਹਨਾਂ ਦੁਆਰਾ ਸਟਾਰਟ ਕੀਤਾ ਗਿਆ ਸੀ ਲਓ ਜੀ ਅਗਲਾ ਕੁਐਸਚਨ ਵਿਚ ਸੂਫੀਸ ਦਰਗਾਹ ਇਜ਼ ਏਟ ਅਜਮੇਰ ਜੀ ਅਜਮੇਰ ਦੀ ਗੱਲ ਕਰੀਏ ਤਾਂ ਕਿਹੜੇ ਸੂਫੀ ਦੀ ਦਰਗਾਹ ਸਾਨੂੰ ਅਜਮੇਰ ਦੇ ਵਿੱਚ ਦੇਖਣ ਨੂੰ ਮਿਲਦੀ ਹੈ बाबा फरीद जी कुतुबुद्दीन बख्तियार काकी मोइनुद्दीन चिश्ती या फिर ख्वाजा अह बहुद्दीन हां जी के इनਾਂ ਦੀ ਜੀ ਫਾਸਟ ਫਾਸਟ ਹੀ ਕਰ ਰਹੇ ਆ ਜੀ ਆਨਸਰ ਹੈ ਸਾਡੇ ਕੋਲੇ অপਸ਼ਨ ਨੰਬਰ ਸੀ मोइनुद्दीन चिश्ती ਜੀ ਦੀ ਦਰਗਾਹ ਸਾਨੂੰ ਜਿਹੜੀ ਉਹ अजमेर ਦੇ ਵਿੱਚ ਦੇਖਣ ਨੂੰ ਮਿਲਦੀ ਹੈ ਜੀ ਚਲੋ ਅਗਲਾ ਕੁਐਸਚਨ 30 ਨੰਬਰ ਕੁਐਸਚਨ ਆ ਗਿਆ ਕਹਿੰਦੇ ਡਿਊਰਿੰਗ ਵਿਚ ਗੁਰੂ ਅਕਬਰ ਅਟੈਂਡ ਅਟੈਂਡੇਡ ਗੁਰੂਜ਼ ਕਾ ਲੰਗਰ ਕਹਿੰਦੇ ਕਿਹੜੇ ਗੁਰੂ ਜੀ ਦੇ ਸਮੇਂ ਦੇ ਉੱਤੇ ਅਕਬਰ ਨੇ ਗੁਰੂ ਕਾ ਲੰਗਰ ਅਟੈਂਡ ਕੀਤਾ ਸੀਗਾ ਗੁਰੂ ਹਰਗੋਬਿੰਦ ਜੀ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਜਾਂ ਫਿਰ ਗੁਰੂ ਰਾਮਦਾਸ ਜੀ ਲੋ ਜੀ 30 ਕੁਐਸਚਨ ਹੋ ਗਿਆ ਹਜੇ ਪੈ ਹੋਰ ਵੀ ਆ ਬਟ 30 ਵਿੱਚੋਂ ਕਿੰਨੇ ਸਹੀ ਹੋਗੇ ਇੱਕ ਵਾਰੇ ਵੀ ਦੱਸ ਦਿਓ ਹੁੰਦਾਲਾ ਵੀ ਸਾਨੂੰ ਪਤਾ ਲੱਗੇ ਕਿੰਨੇ ਆ ਚੁੱਕੇ ਨੇ ਸਹੀ ਹੋ ਗਏ ਸੋ ਤੀਆਂ ਵਿੱਚੋਂ ਕਿੰਨੇ ਸਹੀ ਹੋ ਗਏ ਨੇ ਆਨਸਰ ਹੈਗਾ ਜੀ অপਸ਼ਨ ਨੰਬਰ ਸੀ ਗੁਰੂ ਅਮਰਦਾਸ ਜੀ ਸੁੱਤੀਆਂ ਵਿੱਚੋਂ ਕਿੰਨੇ ਸਹੀ ਨੇ ਇੱਕ ਵਾਰ ਜ਼ਰੂਰ ਦੱਸ ਦਿਓ ਚਲੋ ਜੀ ਅਗਲਾ ਕੁਐਸਚਨ ਸਾਡੇ ਕੋਲੇ ਵਿਚ ਆਫ ਦਾ ਫੋਲੋਇੰਗ ਗੁਰੂਸ ਸਟ੍ਰਿਕਟਲੀ ਪ੍ਰੋਹਿਬਿਟਿਡ ਸਤੀ ਐਂਡ ਪਰਦਾ ਪ੍ਰਥਾ ਕਹਿੰਦੇ ਹੇਠ ਲਿਖਿਆਂ ਵਿੱਚੋਂ ਕਿਹੜੇ ਗੁਰੂ ਜੀ ਨੇ ਸਤੀ ਅਤੇ ਪਰਦਾ ਪ੍ਰਥਾ ਨੂੰ ਰੋਕਿਆ ਸੀਗਾ ਹੁਣ ਤੁਸੀਂ ਇੱਕ ਗੱਲ ਨੋਟ ਕੀਤੀ ਜਦੋਂ ਬੈਠੇ ਪੜ੍ਹ ਰਹੇ ਸੀਗੇ ਬੀ ਘਟੋ ਘਟ 20 25 ਬੱਚੇ ਨਾ ਕਲਾਸ ਤੋਂ ਛੱਡ ਕੇ ਗਿਆ ਉਹ ਮੈਂ ਨੰਬਰ ਮੈਨੂੰ ਪਤਾ ਲੱਗ ਜਾਂਦਾ ਤੇ ਹਜੇ 40 50 ਬੱਚੇ ਇਦਾਂ ਦੇ ਨੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੁਣ ਜੇ ਤੁਸੀਂ ਕਲਾਸ ਤੋਂ ਛੱਡ ਕੇ ਜਾਣਾ ਤੁਸੀਂ ਆਪ ਸੋਚੋ ਫਾਇਦਾ ਕਿਹਦਾ ਮੈਂ ਤਾਂ ਹੈਰਾਨ ਆ ਕਿ ਬੱਚੇ ਆਪਦੇ ਫਿਊਚਰ ਨੂੰ ਲੈ ਕੇ ਜਿਹੜਾ ਬੱਚਾ ਸincere ਨਹੀਂ ਹੋ ਸਕਦਾ ਜਿਹਨੂੰ ਇਹ ਨਹੀਂ ਪਤਾ ਕਿ ਮੈਂ ਕਲਾਸ 'ਚ ਬੈਠਾ ਤੇ ਮੈਂ ਪੜਨਾ ਹੁਣ ਮੈਂ ਕਲਾਸ ਤੋਂ ਛੱਡ ਕੇ ਨਹੀਂ ਜਾਣਾ ਉਹ ਬੱਚਾ ਕਿਵੇਂ ਸੋਚ ਸਕਦਾ ਕਿ ਮੈਂ 9 ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਸਰਕਾਰੀ ਕੁਰਸੀ ਤੇ ਬੈਠੂੰਗਾ ਜਿਵੇਂ ਅੱਧਾ ਪੌਣਾ ਘੰਟਾ ਕਲਾਸ 'ਚ ਟਿੱਕੇ ਨਹੀਂ ਬੈਠ ਸਕਦੇ ਸਾਡਾ ਨੇਚਰ ਬਣ ਚੁੱਕਾ ਸਾਡੀ ਆਦਤਾਂ ਅਸੀਂ ਆਦਤੋਂ ਮਜਬੂਰ ਹਾਂ ਅਸੀਂ ਨਹੀਂ ਟਿੱਕੇ ਬਹਿਣਾ ਅਸੀਂ ਮੁੜ ਕੇ ਕਹਣਾ ਨੌਕਰੀ ਨਹੀਂ ਮਿਲਦੀ ਨੌਕਰੀ ਨਹੀਂ ਮਿਲਦੀ ਸੋ ਇਦਾਂ ਨੌਕਰੀ ਨਹੀਂ ਮਿਲਣੀ ਜਿੱਦਾਂ ਅਸੀਂ ਨੌਕਰੀ ਲਾਣ ਨੂੰ ਫਿਰਦੇ ਤਾਂ ਨਹੀਂ ਨੌਕਰੀ ਮਿਲਣੀ ਸਾਡੀ ਆਦਤ ਆਸੀਂ ਕਲਾਸ 'ਚ ਆਉਣਾ 5 ਮਿੰਟ ਲਾਉਣੀ ਛੱਡ ਕੇ ਚੱਲ ਜਾਣਾ ਫਿਰ ਕੁਝ ਹੋਰ ਕਰਨ ਲੱਗ ਪਣਾ ਫਿਰ ਚੱਲ ਜਾਣਾ ਇਦਾਂ ਨਹੀਂ ਸ਼ੇਰ ਬਣਦੀ ਹੁੰਦੀ ਗੱਲ ਸੋ ਜਦੋਂ ਕਲਾਸ 'ਚ ਆ ਗਏ ਹੋ ਬੈਠਣਾ ਸਿੱਖੋ ਅੱਜ 2 ਘੰਟੇ ਨਹੀਂ ਬੈਠ ਸਕਦੇ ਕੱਲ ਨੂੰ 8-9 ਘੰਟੇ ਸਰਕਾਰੀ ਕੁਰਸੀ ਤੇ ਕਿਵੇਂ ਬੈਠੋਗੇ ਆਵਾਜ਼ਤ ਬਣੀ ਦਿੰਦੀ ਆ ਫਿਰ ਕੰਮ ਨਹੀਂ ਕਰੋਗੇ ਫਿਰ ਅਗਲੇ ਦੇਸ ਲਵਾ ਦਿੰਦੇ ਆ ਹੈਨਾ ਮੈਂ ਪਹਿਲਾਂ ਕੀ ਦੱਸ ਕੇ ਆਟਿਆ ਜਿੰਨਾ ਜ਼ਿਆਦਾ ਤੁਸੀਂ ਮਿਹਨਤ ਕਰੋਗੇ ਸਫਲਤਾ ਓਡੀ ਵੱਡੀ ਮਿਲਦੀ ਆ ਸੋ ਜੇ ਮਿਹਨਤੀ 10 ਮਿੰਟ ਕੀਤੀ ਕਲਾਸ ਬੈਠ ਕੇ ਤਾਂ ਫਿਰ ਸਫਲਤਾ ਵੀ 5 ਮਿੰਟ ਵਾਲੀ ਮਿਲਣੀ ਆ 10 ਮਿੰਟ ਵਾਲੀ ਸਫਲਤਾ ਵੀ ਨਹੀਂ ਮਿਲਣੀ ਫਿਰ ਚਲੋ ਜੀ ਅਗਲੇ ਕੁਐਸਚਨ ਤੇ ਚੱਲਦੇ ਆਂ ਬਾਕੀ ਹਰੇਕ ਦੀ ਮਰਜ਼ੀ ਹੈ ਭਾਈ ਕਿਸੇ ਨੂੰ ਇੱਥੇ ਲੋਕੀ ਅੱਜ ਕੱਲ੍ਹ ਦੇ ਮਾਪਿਓ ਦੀ ਨਹੀਂ ਸੁਣਦੇ ਜਿਨ੍ਹਾਂ ਨੇ ਉਹਨਾਂ ਨੂੰ ਜਨਮ ਦਿੱਤਾ ਇਸ ਦੁਨੀਆ ਤੇ ਲੈ ਕੇ ਆਂਦਾ ਉਹ ਕਹਿੰਦਾ ਤੁਸੀਂ ਬੜੇ ਆ ਤੁਹਾਨੂੰ ਬਾੜੀ ਅਕਲ ਆ ਟੀਚਰ ਦੀ ਕਿਉਂ ਸੁਣਨਗੇ ਹੁੰਦਾ ਨਾ ਇਹਦਾ ਚਲੋ ਅਗਲਾ ਕੁਐਸਚਨ ਦੇਖਦੇ ਆਂ ਵਿਚ ਸਿੱਖ ਗੁਰੂ ਵਾਸ ਨੋਨ ਐਸ ਦਾ ਚਾਈਲਡ ਪ੍ਰੋਫਟ ਕਹਿੰਦੇ ਕਿਹੜੇ ਸਿੱਖ ਗੁਰੂ ਨੂੰ ਅਸੀਂ ਬਾਲ ਪੈਗੰਬਰ ਵਜੋਂ ਜਾਣਦੇ ਆਂ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਿਕ੍ਰਿਸ਼ਨ ਜੀ ਗੁਰੂ ਤੇਗ ਬਹਾਦਰ ਜੀ ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨਹੀਂ ਸੁਣਦੇ ਅੱਜ ਕੱਲ੍ਹ ਬੰ ਮੂਡ ਮਾਤੀ ਆ ਜਿੱਦਾਂ ਨੂੰ ਹੋਣਾ ਹੋਈ ਕਰਨਾਗਾ ਮਰਜ਼ੀ ਆ ਸਾਡੀ ਤਾਂ ਚਲੋ ਆਨਸਰ ਸਾਡੇ ਕੋਲੇ ਗੁਰੂ ਹਰਿਕ੍ਰਿਸ਼ਨ ਜੀ ਦੇਖੋ ਐਜ਼ ਆ ਟੀਚਰ ਹੋਣ ਟੀਚਰ ਹੋਣਾ ਹੀ ਨਹੀਂ ਹੈਗਾ ਕਿ ਹਾਂ ਪੜਾਹ ਕੇ ਤੇ ਲਗਾ ਸਾਡੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਸਮਾਜ ਨੂੰ ਸਹੀ ਸੇਧ ਦੇਣੀ ਆ ਜਿਵੇਂ ਮੈਂ ਪਿੱਛੇ ਜੋ ਵੀਡੀਓ ਬਣਾਈਆਂ ਸੀਗੀਆਂ ਜਿਹੜੇ ਸਕੈਮ ਹੋ ਰਿਹਾ ਉਹਦੇ ਉੱਤੇ ਇੱਕ ਅੱਜ ਮੈਂ ਵੀਡੀਓ ਲੈ ਕੇ ਆ ਰਿਹਾ ਸ਼ਾਇਦ ਤੁਸੀਂ ਵੀ ਸੁਣਿਆ ਹੋਗਾ ਇੱਕ ਸਾਉਦੀ ਐਕਟਰ ਨਹੀਂ ਆ ਉਹਦੀ ਇੱਕ ਗਲਤ ਵੀਡੀਓ ਬਣਾ ਦਿੱਤੀ ਗਈ AI ਟੂਲ ਨੂੰ ਯੂਜ਼ ਕਰਕੇ ਉਹਨੂੰ ਵੀ ਨਹੀਂ ਪਤਾ ਲੱਗਾ ਮਤਲਬ ਕੋਈ ਹੋਰ ਬੰਦਾ ਸੀਗਾ ਉਹਦੀ ਜਗ੍ਹਾ ਤੇ ਉਹਦਾ ਫੇਸ ਐਡਿਟ ਕਰਤਾ ਵੀਡੀਓ ਰਾਹੀਂ ਤੇ ਉਹਨੂੰ ਲੱਗਿਆ ਵੀ ਉਹ ਮਤਲਬ ਅਸਲੀ ਵੀਡੀਓ ਜਿਹੜੀ ਸੀਗੀ ਉਹਦੀ ਹੋਰ ਬਣਾ ਕੇ ਕਿਸੇ ਹੋਰ ਨੂੰ ਰਿਪਰੈਜ਼ੈਂਟ ਕਰ ਦਿੰਦਾ ਸੋ AI ਟੂਲ ਟੈਕਨੋਲੋਜੀ ਬਾਰੇ ਅੱਜ ਮੈਂ ਇੱਕ ਵੀਡੀਓ ਲੈ ਕੇ ਆ ਰਿਹਾ ਕਿਉਂਕਿ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਮਾਜ ਨੂੰ ਅਵੇਅਰ ਕਰੀਏ ਸਮਾਜ ਨੂੰ ਕਿਵੇਂ ਪੜਨਾ ਉਹ ਤਾਂ ਦੱਸਾਂਗੇ ਲੇਕਿਨ ਸਮਾਜ ਚ ਰਹਿਣਾ ਕਿਵੇਂ ਉਹ ਵੀ ਦੱਸਿਆ ਜਾਊਗਾ ਸੋ ਆਨਸਰ ਅਸੀਂ ਦੇਖ ਚੁੱਕੇ ਹਾਂ ਗੁਰੂ ਹਰਿਕ੍ਰਿਸ਼ਨ ਜੀ ਅਗਲਾ ਕੁਐਸਚਨ ਸਾਡੇ ਕੋਲ ਵਿਚ ਆਫ ਦਾ ਫੋਲੋਇੰਗ ਆਰ ਪਲਾਂਟੇਸ਼ਨ ਕ੍ਰੌਪ ਇਹਨਾਂ ਵਿੱਚੋਂ ਕਿਹੜੀ ਪਲਾਂਟੇਸ਼ਨ ਕ੍ਰੌਪ ਹੈ ਮੈਨੂੰ ਨਾਂ ਨਹੀਂ ਪਤਾ ਉਹਦਾ ਕਿ ਇਹ ਰਸ਼ਮਿਕਾ ਮਧਾਨਾ ਕੁਸ਼ ਇਦਾਂ ਦੀ ਆ ਮਤਲਬ ਕਾਫੀ ਫੇਮਸ ਆ ਤੇ ਉਹ ਕੋਈ ਜਿਵੇਂ ਹੋਰ ਲੜਕੀ ਲਿਫਟ ਚ ਚੜੀ ਉਹਦੇ ਫੇਸ ਦੇ ਉੱਤੇ ਉਹਦਾ ਫੇਸ ਲਾਤਾ ਕਹਿੰਦੇ ਦੇਖੋ ਵੀ ਇਹ ਉਹ ਦੂਜੀ ਐਕਟਰ ਨਹੀਂ ਆ ਮਤਲਬ ਕਿ ਫੇਕ ਵੀਡੀਓ ਬਣਾਉਣਾ ਸੋ ਉਹਦੇ ਉੱਤੇ ਵੀਡੀਓ ਆ ਉਹਦਾ ਮੈਂ ਬਾਰੇ ਦੱਸੂਗਾ ਵੀ ਤੁਸੀਂ ਕਿਵੇਂ ਆਪਣੇ ਆਪ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਯਾਰ ਜਿੰਨਾ ਆਪਣਾ ਬਚਾ ਕੇ ਰੱਖਾਂਗੇ ਨਾ ਫੇਕ ਵੀਡੀਓ ਤੋਂ ਸਿਸਟਮ ਤੋਂ ਇਹ ਕਿਤੇ ਨਾ ਕਿਤੇ ਜਿਹੜਾ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਆਉਣਾ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਇਹ ਵੀ ਸਾਡੇ ਲਈ ਗਲਤ ਆ ਇਹ ਵੀ ਸਾਡੇ ਲਈ ਕੋਈ ਚੰਗੀ ਗੱਲ ਨਹੀਂ ਹੈਗੀ ਸੋ ਆਨਸਰ ਦੇਖੋ ਕੀ ਆ ਸਾਡੇ ਕੋਲ ਕਹਿੰਦੇ ਕਿਹੜੀ ਹੈ অপਸ਼ਨ ਨੰਬਰ ਸੀ ਟੀ ਕਾਫੀ ਬਨਾਨਾਸ ਤੇ 슈ਗਰ ਕਿਹਨੇ ਨੂੰ ਅਸੀਂ ਪਲਾਂਟੇਸ਼ਨ ਕ੍ਰੌਪ ਦੇ ਨਾਮ ਨਾਲ ਜਾਣਦੇ ਹਾਂ অপਸ਼ਨ ਨੰਬਰ ਸੀ ਇਜ਼ ਦਾ ਕਰੈਕਟ ਆਨਸਰ ਲੋਜੀ ਅਗਲਾ ਕੁਐਸਚਨ ਦਾ 3 ਮੇਜਰ ਕ੍ਰੌਪਿੰਗ ਸੀਜ਼ਨ ਆਫ ਇੰਡੀਆ ਇੰਡੀਆ ਦੇ ਤਿੰਨ ਮੇਜਰ ਕ੍ਰੌਪਿੰਗ ਸੀਜ਼ਨ ਕਿਹੜੇ-ਕਿਹੜੇ ਨੇ ਆਪਾਂ ਸਮਾਜ ਨੂੰ ਰਿਪਰੈਜ਼ੈਂਟ ਕਰਨਾ ਜਿੱਦਾਂ ਆਪਾਂ ਬੈਠੇ ਉਦਾਂ ਹੀ ਆ ਠੀਕ ਹਨਾ ਇੱਕ ਟਾਈਮ ਇਦਾਂ ਦਾ ਸੀਗਾ ਜਦੋਂ ਆ ਨਹੀਂ ਸੀਗਾ ਉਹ ਟਿਕਟੌਕ ਟਾਈਪ ਜਾਂ ਤੁਸੀਂ ਆਪ ਸੋਚੋ ਉਹ ਜਦੋਂ ਉਹ ਆ ਗਿਆ ਸੀਗਾ ਟਿਕਟੌਕ ਹਰੇਕ ਘਰੋਂ ਚਾਹੇ ਉਹ ਬਜ਼ੁਰਗ ਨੇ ਚਾਹੇ ਉਹ ਬੱਚੇ ਨੇ ਉਹ ਸਾਰੇ ਉਹਦੇ ਉੱਤੇ ਨੱਚਣਾ ਸ਼ੁਰੂ ਕਰ ਦਿੱਤਾ ਸੀਗਾ ਉਹਨਾਂ ਨੇ ਮਤਲਬ ਅਲੱਗ-ਅਲੱਗ ਵੀਡੀਓ ਬਣਾਉਣ ਲੱਗ ਪਏ ਸੀ ਸਾਡੇ ਵੀ ਸੀਗਾ ਪਰਿਵਾਰ ਦੇ ਕੁਝ ਬੰਦਿਆਂ ਨੂੰ ਬਹਾ ਸ਼ੌਂਕ ਮਤਲਬ ਮੇਰੇ ਬ੍ਰਦਰ ਉਹਨਾਂ ਨੂੰ ਮੈਂ ਮੋਰਨ ਸਮਝਾਇਆ ਉਹ ਹਟ ਕੇ ਮੁੜ ਕੇ ਕਹਿੰਦੇ ਸਹੀ ਗੱਲ ਆ ਤੁਹਾਡੀ ਠੀਕ ਹੈ ਸੋ ਉਹਨਾਂ ਨੇ ਮੁੜ ਕੇ ਛੱਡੀ ਦਿੱਤਾ ਜਮਾਈ ਗੱਲ ਹੋਈ ਆ ਵੀ ਸਮਝਾਉਣ ਦਾ ਤਰੀਕਾ ਛੋਟੇ ਸਿਗੇ ਮੈਥੋਂ ਛੋਟੇ ਆ ਮੈਂ ਬਿਠਾ ਕੇ ਸਮਝਾਇਆ ਇੱਕ ਟਾਈਮ ਹੁੰਦਾ ਵੀ ਸਾਰਿਆਂ ਨੂੰ ਕਰੇ ਸੀਗਾ ਫਿਰ ਮੈਂ ਉਹਨਾਂ ਨੂੰ ਬਿਠਾ ਕੇ ਸਮਝਾਇਆ ਸਾਰੀਆਂ ਸੀ ਗੱਲਾਂ ਬਾਤਾਂ ਸ਼ੇਅਰ ਕੀਤੀਆਂ ਤਾਂ ਫਿਰ ਉਹ ਕਹਿੰਦੇ ਵੀ ਠੀਕ ਆ ਬਾਈ ਜਿੱਦਾਂ ਤੂੰ ਕਹੇਂਗਾ ਉਦਾਂ ਹੀ ਆ ਉਹਨਾਂ ਨੇ ਆਪਣੇ ਆਪ ਛੱਡ ਦਿੱਤਾ ਸਾਲਾ ਕੁਛ ਸੋ ਇਦਾਂ ਹੀ ਜਿਹੜਾ ਤੁਸੀਂ ਵੀ ਹੋ ਇਹਨਾਂ ਚੀਜ਼ਾਂ ਤੋਂ ਬਚ ਕੇ ਹੀ ਰਹਿਣਾ ਹੈ ਆਨਸਰ ਕੀ ਹੈ ਸਾਡੇ ਕੋਲੇ ਕਹਿੰਦੇ ਰਬੀ ਖਰੀਫ ਤੇ ਜ਼ੈਦ ਸੀਜ਼ਨ ਤਿੰਨ ਸੀਜ਼ਨ ਹੀ ਨੇ ਸਾਡੇ ਕੋਲੇ ਅਗਲਾ ਕੁਐਸਚਨ ਰਬੀ ਕ੍ਰੌਪ ਆ ਇਹਨਾਂ ਵਿੱਚੋਂ ਕਿਹੜੀ ਕਿਹੜੀ ਰਬੀ ਕ੍ਰੌਪ ਜਿਹੜੀ ਹੁੰਦੀ ਆ ਉਹਦਾ ਕੀ ਸੀਜ਼ਨ ਹੁੰਦਾ ਮਤਲਬ ਉਹਦੀ ਬਿਜਾਈ ਕਦੋਂ ਹੁੰਦੀ ਆ ਤੇ ਕਟਾਈ ਕਦੋਂ ਹੁੰਦੀ ਆ ਰਬੀ ਦਾ ਮਤਲਬ ਹਾੜੀ ਹਾਂ ਜ਼ਰੂਰ ਜੇ ਇੱਕ ਵੀਡੀਓ ਬਣਾ ਕੇ ਲੈ ਕੇ ਆਉਂਗਾ ਚਲੋ ਜੀ ਕਰੋ ਆਨਸਰ ਆਨਸਰ ਕਰੋ ਸ਼ਾਬਾਸ਼ ਰਵੀ ਕਰੋ ਆਪ ਕਦੋਂ ਹੁੰਦੀ ਆ ਕਹਿੰਦੇ ਸਰ ਜਿਹੜੀ ਹਾੜੀ ਦੀ ਫਸਲ ਆ ਉਹ ਸਰਦੀਆਂ ਦੇ ਸ਼ੁਰੂਆਤ ਹੁੰਦੇ ਜਿਵੇਂ ਕਣਕ ਹਾੜੀ ਦੀ ਫਸਲ ਆ ਸੋ ਆਪ ਸੋਚੋ ਉਹਦੀ ਕਦੋਂ ਬਜਾਈ ਹੁੰਦੀ ਆ ਤੇ ਕਦੋਂ ਕਟਾਈ ਹੁੰਦੀ ਆ ਕਹਿੰਦੇ ਜਦੋਂ ਕ ਮੰਨ ਲਓ ਅਸੀਂ ਦੇਖੀਏ ਵੀ ਨਵੰਬਰ ਜੇ ਚ ਜਾਂ ਹੁਣ ਨਵੰਬਰ ਚੱਲਦਾ ਹੁਣ ਕਣਕਾਂ ਬੀਜੀਆਂ ਜਾਣੀਆਂ ਆ ਤੇ ਮੁੜ ਕੇ ਜਦੋਂ ਅਪ੍ਰੈਲ ਮਹੀ ਆ ਗਿਆ ਉਦੋਂ ਆਪਾਂ ਕਣਕਾਂ ਵੱਢ ਲੈਣੀਆਂ ਸੋ ਇਹ ਹਾੜੀ ਦਾ ਸੀਜ਼ਨ ਹੋ ਗਿਆ ਹੁਣ ਆਪਾਂ ਚੱਲਦੇ ਹਾਂ ਜੇ ਅਗਲੇ ਕੁਐਸਚਨ ਦੇ ਉੱਤੇ ਕਹਿੰਦੇ ਇੰਡੀਆ ਯੂਨਾਈਟਿਡ ਨੇਸ਼ਨ ਦਾ ਮੈਂਬਰ ਕਦੋਂ ਬਣਿਆ ਸੀਗਾ ਇੰਡੀਆ ਯੂਨਾਈਟਿਡ ਨੇਸ਼ਨ ਦਾ ਮੈਂਬਰ ਕਦੋਂ ਬਣਿਆ ਸੀਗਾ 1963 1960 1951 ਜਾਂ ਫਿਰ 1945 ਤੇ ਮੈਂ ਦੱਸ ਦੇਣਾ ਚਾਹੁੰਦਾ ਆ ਜੇ ਕੋਈ ਬੱਚਾ ਅੱਜ ਨਵਾਂ ਆਇਆ ਪਹਿਲੀ ਵਾਰ ਆਇਆ ਆ ਆਪਣੀ ਰੋਜ਼ ਕਲਾਸ ਸ਼ਾਮ ਨੂੰ 4 ਵਜੇ ਹੁੰਦੀ ਆ ਜੀ ਠੀਕ ਹੈ ਨਾ ਸੋ ਦੇ ਵਿੱਚ ਜ਼ਰੂਰ ਆਇਆ ਕਰੋ ਨਾਲੇ ਮੈਨੂੰ ਦੱਸੋ ਯਾਰ ਮੈਂ ਜਿਹੜੀ ਗੱਲ ਤੁਹਾਨੂੰ ਸਮਝਾਈ ਆ ਸਹੀ ਆ ਬਿਲਕੁਲ ਸਹੀ ਹੈ ਨਾ ਸਮਾਜ ਨੂੰ ਸਮਾਜ ਦੇ ਵਿੱਚ ਰਹਿਣਾ ਆਉਣਾ ਚਾਹੀਦਾ ਸਾਨੂੰ ਇਨਸਾਨਾਂ ਨੂੰ ਇਨਸਾਨਾਂ ਨਾਲ ਰਹਿਣਾ ਆਉਣਾ ਚਾਹੀਦਾ ਜਿਵੇਂ ਇੰਡਸ ਵੈਲੀ ਸਿਵਲਾਈਜੇਸ਼ਨ ਨੂੰ ਲਾ ਲਈਏ ਤਾਂ 5000 ਸਾਲ ਹੋ ਗਿਆ ਸਾਡੀ ਸੱਭਿਅਤ ਨੂੰ ਹੈ ਨਾ 5000 ਸਾਲ ਹੋ ਗਿਆ ਸੋ 5000 ਸਾਲਾਂ ਤੋਂ ਸਾਨੂੰ ਜੇ ਰਹਿਣਾ ਹੀ ਨਹੀਂ ਆਇਆ ਹਜੇ ਤੱਕ ਸਮਾਜ ਦੇ ਵਿੱਚ ਤਾਂ ਫਿਰ ਮੈਂ ਕਹਿੰਦਾ ਹੱਦ ਆਗਲਾ ਕੁਐਸਚਨ ਸਾਡੇ ਕੋਲ ਇੰਟਰਪੋਲ ਜਿਹੜਾ ਹੈਗਾ ਜਿਹਨੂੰ ਅਸੀਂ ਇੰਟਰਨੈਸ਼ਨਲ ਕ੍ਰਿਮੀਨਲ ਪੁਲਿਸ ਆਰਗੇਨਾਈਜੇਸ਼ਨ ਕਹਿੰਦੇ ਨੇ ਆ ਉਹਦਾ ਹੈੱਡਕੁਆਰਟਰ ਕਿੱਥੇ ਆ ਜੀ ਉਹਦਾ ਹੈੱਡਕੁਆਰਟਰ ਕਿੱਥੇ ਆ ਉਹਦਾ ਹੈੱਡਕੁਆਰਟਰ ਕਿੱਥੇ ਆ ਲੰਡਨ ਪੈरिस ਬੋਨ ਜਾਂ ਫਿਰ ਲਿਯੋਨ ਦੇ ਵਿੱਚ ਇੱਕ ਪਾਸੇ ਉਹ ਕੰਟਰੀਆਂ ਜਿਨ੍ਹਾਂ ਨੇ ਇਦਾਂ ਦੇ ਸੌਫਟਵੇਅਰ ਬਣਾ ਦਿੱਤੇ ਉਹ ਬੈਠੇ ਪੈਸਾ ਕਮਾ ਰਹੇ ਆ ਅਸੀਂ ਆਪਦੇ ਕੰਮ ਛੱਡ ਕੇ ਨੱਚਣਾ ਸ਼ੁਰੂ ਕੀਤਾ ਹੋਇਆ ਉਹਦੇ ਉੱਤੇ ਕਈ ਤਾਂ ਮੈਂ ਹੈਰਾਨ ਹੁਣਾ ਪਰਿਵਾਰ ਦੀਆਂ ਵੀਡੀਓਜ਼ ਪਾਈ ਜਾਂਦੇ ਆ ਅ ਹਸਬੈਂਡ ਆਫ ਦੀ ਵਾਈਫ ਨਾਲ ਚਲੋ ਇੱਕ ਲੈਵਲ ਤੱਕ ਹੁੰਦਾ ਕੁਝ ਚੀਜ਼ਾਂ ਸੀ ਕੈਮਰੇ ਤੇ ਮੂਰੇ ਨਹੀਂ ਕਰ ਸਕਦੇ ਮਤਲਬ ਬੈਠੇ ਆ ਸਾਰੇ ਪਰਿਵਾਰਾਂ ਚ ਮੋਹ ਪਿਆਰ ਹੁੰਦਾ ਪਰ ਉਹ ਬੈਠ ਕੇ ਜੀ ਇਲਤਾ ਕਰੀ ਜਾ ਰਹੇ ਆ ਕਿਤੇ ਘੁੰਮਣ ਚੱਲੇ ਉਹ ਦੱਸਣ ਲੱਗ ਲਓ ਜੀ ਅੱਜ ਹਮ ਯਹਾਂ ਜਾ ਰਹੇ ਆ ਅੱਜ ਹਮ ਵਹਾਂ ਜਾ ਰਹੇ ਆ ਉਹ ਪਰਵਾਹ ਜਾ ਤੈਨੂੰ ਕਿਸ ਨੇ ਰੋਕਿਆ ਜਾਓ ਪਰ ਟੁਕ ਟੁਕ ਦੱਸ ਕੇ ਦਿਨਾ ਨਾ ਜਾਓ ਅਗਲਾ ਚੋਰ ਵੀ ਆ ਜਾਂਦਾ ਹੁੰਦਾ ਮੁੜ ਕੇ ਘਰੇ ਵੀ ਠੀਕ ਆ ਚੱਲਾ ਜਾ ਤਾਂ ਆਪਾਂ ਚੋਰੀ ਕਰ ਲੈਨੇ ਜੀ ਸੋ ਆਪਸ਼ਨ ਨੰਬਰ ਡੀ ਇਜ਼ ਦਾ ਕਰੈਕਟ ਆਨਸਰ ਲਿਓਨ ਦੇ ਵਿੱਚ ਕਹਿੰਦੇ ਇੰਟਰਪੋਲ ਦਾ ਹੈੱਡਕ quartਰ ਸਾਨੂੰ ਦੇਖਣ ਨੂੰ ਮਿਲਦਾ ਜ ਅਗਲਾ ਕੁਐਸਚਨ ਵਿਚ ਇਜ਼ ਦਾ ਫਰਸਟ ਪੰਜਾਬੀ ਲੈਂਗੁਏਜ ਨਿਊਜ਼ਪੇਪਰ ਇਹਨਾਂ ਵਿੱਚੋਂ ਕਿਹੜਾ ਪਹਿਲਾ ਪੰਜਾਬੀ ਲੈਂਗੁਏਜ ਨਿਊਜ਼ਪੇਪਰ ਸੀਗਾ ਪਹਿਲ ਪੰਜਾਬੀ ਭਾਸ਼ਾ ਦਾ ਨਿਊਜ਼ਪੇਪਰ ਸੀਗਾ ਖਾਲਸਾ ਅਖਬਾਰ ਡੇਲੀ ਅਜੀਤ ਜਗ ਬਾਣੀ ਜਾਂ ਫਿਰ ਗਦਰ ਇਹਨਾਂ ਵਿੱਚੋਂ ਕਿਹੜਾ ਸੀਗਾ ਚਾਰ ਨੇ ਸਾਡੇ ਕੋਲੇ ਦੱਸੋ ਜੀ ਦੇਖੋ ਟੈਕਨੋਲੋਜੀ ਜਿਹੜੀ ਆਉਂਦੀ ਨਾ ਆਉਂਦੀ ਫਾਇਦੇਲੀ ਹੁੰਦੀ ਹੈ ਪਰ ਜਦੋਂ ਅਸੀਂ ਉਸ ਟੈਕਨੋਲੋਜੀ ਦਾ ਫਾਇਦਾ ਨਾ ਦੇਖੀ ਫਿਰ ਮਿਸਯੂਜ਼ ਹੋ ਜਾਂਦਾ ਹੁਣ ਤੁਸੀਂ ਉਹ YouTube ਤੇ ਬੈਠੇ ਹੋ ਬਹੁਤ ਸਾਰੇ ਇਦਾਂ ਦੇ ਬੱਚੇ ਹੈਗੇ ਜਿਹੜੇ YouTube ਤੇ ਬੈਠੇ ਸਾਰਾ ਦਿਨ ਰੀਲਾਂ ਦੇਖੀ ਜਾਂਦੇ ਆ ਉਹਨਾਂ ਨੇ ਉਧਰ ਟਾਈਮ ਵੇਸਟ ਕਰਤਾ ਤੁਸੀਂ 4 ਵਜੇ ਤੋਂ ਲੈ ਕੇ 4:38 ਮਿੰਟ ਹੋ ਚੁੱਕੇ ਨੇ ਤੁਸੀਂ ਪੜੀ ਜਾ ਰਹੇ ਤੁਹਾਡੇ ਕੋਲ ਕੋਈ ਗਿਆਨ ਆਊਗਾ ਇਹੀ ਗਿਆਨ ਤੁਹਾਡੇ ਪੇਪਰ ਚ ਹੈਲਪ ਕਰੂਗਾ ਇੱਕ ਪਾਸੇ ਤੁਸੀਂ ਉਹ ਤੁਸੀਂ ਟੈਕਨੋਲੋਜੀ ਦਾ ਸਹੀ ਯੂਜ਼ ਕੀਤਾ ਦੂਜੇ ਪਾਸੇ ਉਹ ਜਿਹਨਾਂ ਨੇ ਵੀਡੀਓਜ਼ ਹੋਰ ਦੇਖ ਲਈਆਂ ਗਾਣੇ ਸੁਣ ਲਏ ਜਾਂ ਜਾਂ TikTok ਤੋਂ ਰੀਲਾਂ ਜਾਂ ਦੇਖ ਕੇ ਟਾਈਮ ਟਪਾਤਾ ਉਹਨਾਂ ਨੇ ਇਹ ਟਾਈਮ ਹੀ ਨਾ ਟਪਾ ਦੇਣਾ ਪਰ ਉਹਨਾਂ ਦੇ ਕੰਮ ਦਾ ਨਹੀਂ ਤੁਸੀਂ ਇਹ ਗੱਲ ਮੈਂ ਉਦੋਂ ਵੀ ਦੱਸੀ ਸੀ ਕਿ ਜਦੋਂ ਬੁੱਕ ਲਾਂਚਿੰਗ ਸੀ ਕਿ ਚਲੋ ਇਹਦਾ ਆਨਸਰ ਹੈਗਾ ਸਾਡੇ ਕੋਲ ਖਾਲਸਾ ਅਖਬਾਰ ਆਪਸ਼ਨ ਨੰਬਰ ਏ ਅ ਚਲੋ ਇਹਦਾ ਆਹ ਵਾਲਾ ਜੀ ਮੈਂ ਐਂ ਕਰਿਓ ਜਿਹੜੇ ਬੱਚੇ ਨਾ ਚਾਹੇ 10 ਮਿੰਟ ਤੁਸੀਂ ਰੀਲਾਂ ਦੇਖਿਆ 15 ਮਿੰਟ ਰੀਲਾਂ ਦੇਖਿਆ ਕਿਸੇ ਨੇ ਅੱਧਾ ਘੰਟਾ ਰੀਲਾਂ ਦੇਖਿਆ ਮੈਂ ਦੱਸਿਆ ਸੀਗਾ ਕਿ ਰੀਲਾਂ ਦੇਖਣ ਤੋਂ ਬਾਅਦ ਜਾਂ ਫੋਨ ਦੇ ਉੱਤੇ ਕੁਝ ਵੀ ਦੇਖਿਆ ਚਾਹੇ ਤੁਸੀਂ ਕਲਾਸ ਹੀ ਲਈ ਆ ਚਾਹੇ ਰੀਲਾਂ ਦੇਖਿਆ ਚਾਹੇ ਕੁਝ ਵੀ ਕੀਤਾ ਫੋਨ ਦੇ ਉੱਤੇ ਟਾਈਮ ਲਾਇਆ ਉਸ ਟਾਈਮ ਲਾਉਣ ਤੋਂ ਬਾਅਦ ਅੱਖਾਂ ਬੰਦ ਕਰਕੇ ਦੋ ਇੱਕ ਖੀਰਾ ਇਧਰ ਲੱਖ ਰਹੇ ਹੋ ਇੱਕ ਇਧਰ ਰੱਖ ਰਹੇ ਹੋ 5 ਮਿੰਟ ਬੈਠ ਕੇ ਸੋਚਿਓ ਵੀ ਜਿਹੜਾ ਪਿਛਲਾ ਟਾਈਮ ਮੈਂ ਯੂਜ਼ ਕੀਤਾ ਫੋਨ ਦੇ ਉੱਤੇ ਉਹ ਫਾਇਦੇ ਵਾਲਾ ਸੀ ਕਿ ਨੁਕਸਾਨ ਵਾਲਾ ਸੀਗਾ ਸੋਚ ਲਿਓ ਬਸ ਜੇ ਕਿਉਂਗਾ ਫਾਇਦੇ ਵਾਲਾ ਸੀਗਾ ਕਲਾਸ ਲਈ ਫਿਰ ਠੀਕ ਆ ਫਿਰ ਉਹ ਕੰਮ ਰੋਜ਼ ਕਰੋ ਚਾਹੇ ਆ ਲੱਗੇ ਨਾ ਵੀ ਟਿਕਟੌਕ ਤੇ ਦੇਖ ਕੇ ਜਾਂ ਰੀਲਾਂ ਦੇਖ ਕੇ ਫਾਇਦਾ ਲੱਗਾ ਫਿਰ ਦੇਖੀ ਚੱਲੋ ਜੇ ਲੱਗਾ ਵੀ ਨਹੀਂ ਇਨਵੈਸਟ ਸਹੀ ਜਗ੍ਹਾ ਨਹੀਂ ਹੋਇਆ ਫਿਰ ਤੁਹਾਨੂੰ ਚੇਂਜ ਕਰਨ ਦੀ ਲੋੜ ਆ ਆਪਣਾ ਟਾਈਮ ਸੋ ਚੀਜ਼ ਜੀ ਹਮੇਸ਼ਾ ਯਾਦ ਰੱਖਿਓ অপਸ਼ਨ ਨੰਬਰ ਕਹਿੰਦੇ ਪੰਜਾਬੀ ਹੂ ਇਜ਼ ਦਾ ਟੈਗੋਰ ਆਫ ਪੰਜਾਬੀ ਲਿਟਰੇਚਰ ਪ੍ਰੋਫੈਸਰ ਪੂਰਨ ਸਿੰਘ অপਸ਼ਨ ਨੰਬਰ ਏ ਇਜ਼ ਦਾ ਕਰੈਕਟ ਆਨਸਰ ਸੁਣਨੀ ਨਹੀਂ ਸੁਣਨੀ ਹਰੇਕ ਬੱਚੇ ਦੀ ਆਪਣੀ ਮਰਜ਼ੀ ਹੁੰਦੀ ਆ ਬਟ ਐਜ਼ ਆ ਟੀਚਰ ਹੋਣ ਦੇ ਨਾਤੇ ਇਹ ਮੇਰੀ ਜ਼ਿੰਮੇਵਾਰੀ ਆ ਕਿ ਮੈਂ ਤੁਹਾਨੂੰ ਨੌਲੇਜ ਵਾਲੀਆਂ ਗੱਲਾਂ ਵੀ ਦੱਸਾਂ ਸਾਰੇ ਨਹੀਂ ਸੁਣਦੇ ਹੁੰਦੇ ਮੈਂ ਪਹਿਲਾਂ ਵੀ ਦੱਸਿਆ ਜਦੋਂ ਆਈ ਤੇ ਆ ਗਿਆ ਫਿਰ ਤਾਂ ਆਪਦੇ ਮਾਪਿਓ ਦੀ ਨਹੀਂ ਬੱਚਾ ਗੱਲ ਸੁਣਦਾ ਮੈਂ ਤਾਂ ਥੋੜਾ ਵੱਡਾ ਬਾਈਂ ਮੇਰੀ ਕਾਹ ਤੋਂ ਸੁਣਨੀ ਆ ਪਰ ਹਾਂ ਜਿਹੜੇ ਸਿਆਣੇ ਆ ਉਹ ਜ਼ਰੂਰ ਸੁਣਨਗੇ ਤੇ ਉਹਨੂੰ ਇੰਪਲੀਮੈਂਟ ਵੀ ਕਰਨਗੇ ਲਓ ਜੀ ਅਗਲਾ ਕੁਸ਼ਣ ਐਗਰੀਕਲਚਰ ਇਜ਼ ਦਾ ਸੋਲ ਆਫ ਇੰਡੀਆ ਹੂ ਹੈਜ਼ ਬੀਨ ਹੂ ਹੈਜ਼ ਗਿਵਨ ਥਿਸ ਸਟੇਟਮੈਂਟ ਕਹਿੰਦੇ ਸਟੇਟਮੈਂਟ ਕਿਹਨੇ ਦਿੱਤੀ ਆ ਵੀ ਐਗਰੀਕਲਚਰ ਸੋਲ ਆਫ ਇੰਡੀਆ ਹੈ ਐਗਰੀਕਲਚਰ ਇੰਡੀਆ ਦੀ ਸੋਲ ਹੈ ਆਤਮਾ ਹੈ ਪੰਡਿਤ ਜਵਾਲਾਲ ਨਹਿਰੂ ਮਿਸਿਸ ਇੰਦਰਾ ਗਾਂਧੀ ਡਾਕਟਰ ਜ਼ਾਕਿਰ ਹੁਸੈਨ ਜਾਂ ਫਿਰ ਮਹਾਤਮਾ ਗਾਂਧੀ ਇਹ ਸਟੇਟਮੈਂਟ ਕਿਹਨਾਂ ਦੀ ਹੈ অপਸ਼ਨ ਨੰਬਰ ਡੀ ਕਹਿੰਦੇ ਜੀ ਇਹ ਮਹਾਤਮਾ ਗਾਂਧੀ ਜੀ ਦੀ ਸਟੇਟਮੈਂਟ ਹੈ 40 ਹੋ ਗਏ ਨੇ 10 ਕਵੈਸਚਨ ਹੋਰ ਪਏ ਆ ਜਲਦੀ ਜਲਦੀ ਦੱਸੋ ਕਿੰਨੇ ਸਹੀ ਹੋਏ ਤੇ ਕਿੰਨੇ ਗਲਤ ਹੋਏ ਤੁਹਾਡੇ 40 ਵਿੱਚੋਂ ਸ਼ਾਬਾਸ਼ ਕਰੋ ਆਨਸਰ ਤੇ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਰਿ ਲਾਈਕ ਕਰ ਦਿਓ ਹਜੇ ਵੀ 50 ਬੱਚੇ ਆ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ 50 ਸਟੂਡੈਂਟਸ ਸੋ ਲਾਈਕ ਜ਼ਰੂਰ ਕਰੋ ਅਗਲਾ ਕਵੈਸਚਨ ਸਲੈਸ਼ ਐਂਡ ਬਰਨਿੰਗ ਐਗਰੀਕਲਚਰ ਇਜ਼ ਆ ਟਾਈਪ ਆਫ ਪੈਸਾ ਡੈਸ਼ ਤੇ ਬਰਨਿੰਗ ਐਗਰੀਕਲਚਰ ਕਿਸ ਦੀ ਟਾਈਪ ਹੈ ਸ਼ਿਫਟਿੰਗ ਐਗਰੀਕਲਚਰ ਇੰਟੈਂਸਿਵ ਐਗਰੀਕਲਚਰ ਕਮਰਸ਼ੀਅਲ ਐਗਰੀਕਲਚਰ ਜਾਂ ਫਿਰ ਸਬਸਿਸਟੈਂਸ ਫਾਰਮਿੰਗ ਕਿਸ ਦੀ ਟਾਈਪ ਹੈ ਸਲੈਸ਼ ਐਂਡ ਬਰਨਿੰਗ ਐਗਰੀਕਲਚਰ ਦ 4 ਵਜੇ ਵਾਲੀ ਕਲਾਸ ਇਦਾਂ ਦੀ ਕਲਾਸਾਂ ਵਿੱਚ ਪੜ੍ਹਾਈ ਵੀ ਕਰਾਈ ਜਾਂਦੀ ਆ ਤੁਹਾਨੂੰ ਬਹੁਤ ਸਾਰੀਆਂ ਗਿਆਨ ਦੀਆਂ ਗੱਲਾਂ ਵੀ ਦੱਸੀਆਂ ਜਾਂਦੀਆਂ ਨੇ ਸਿਲੈਕਸ਼ਨ ਦੇ ਮੰਤਰ ਵੀ ਦਿੱਤੇ ਜਾਂਦੇ ਆ ਮਤਲਬ ਕਾਫੀ ਕੁਝ ਦੱਸਿਆ ਜਾਂਦਾ ਸੋ ਇਸ ਕਰਕੇ ਅ ਜ਼ਿੰਮੇਵਾਰ ਟੀਚਰ ਹੋਣ ਦੇ ਨਾਤੇ ਤੁਹਾਡੇ ਲਈ ਹਰ ਇੱਕ ਚੀਜ਼ ਜਿਹੜੀ ਮੈਂ ਦੱਸਦਾ ਹੁੰਨਾ ਆ ਤੇ ਇਹਦਾ ਆਨਸਰ ਹੈਗਾ ਸਾਡੇ ਕੋਲੇ অপਸ਼ਨ ਨੰਬਰ A ਸ਼ਿਫਟਿੰਗ ਐਗਰੀਕਲਚਰ ਸ਼ਿਫਟਿੰਗ ਐਗਰੀਕਲਚਰ ਇਜ਼ ਦਾ ਕਰੈਕਟ ਆਨਸਰ অপਸ਼ਨ ਨੰਬਰ A ਬਿਲਕੁਲ ਸਹੀ ਹੈ ਜੀ ਅਗਲਾ ਕੁਐਸਚਨ ਟੂ ਵੇਅਰ ਵਾਸ ਭਾਈ ਰਾਮ ਸਿੰਘ ਡਿਪੋਰਟਡ ਬਾਇ ਦ ਬ੍ਰਿਟਿਸ਼ ਜਿਹੜੇ ਬ੍ਰਿਟਿਸ਼ ਸੀ ਉਹਨਾਂ ਨੇ ਭਾਈ ਰਾਮ ਸਿੰਘ ਜੀ ਨੂੰ ਕਿੱਥੇ ਡਿਪੋਰਟ ਕੀਤਾ ਉਹਨ ਭਾਈ ਰਾਮ ਸਿੰਘ ਜੀ ਕੌਣ ਸੀਗੇ ਕਹਿੰਦੇ ਕੂਕਾ ਲਹਿਰ ਦੇ ਮੋਢੀ ਸੀਗੇ ਕਿਹਨਾਂ ਦੇ ਸਰ ਕੂਕਾ ਲਹਿਰ ਦੇ ਮੋਢੀ ਸੀਗੇ ਭਾਈ ਰਾਮ ਸਿੰਘ ਜੀ ਸੋ ਇਹਨਾਂ ਨੂੰ ਕਿੱਥੇ ਡਿਪੋਰਟ ਕੀਤਾ ਗਿਆ ਨੇਪਾਲ ਬਰਮਾ ਤਿੱਬਤ ਜਾਂ ਫਿਰ ਪੋਟਾਂ ਹਾਂਜੀ ਕਿੱਥੇ ਗਿਆ ਜੀ ਕਿੱਥੇ ਇਹਨਾਂ ਨੂੰ ਕੀਤਾ ਗਿਆ ਇੱਕ ਬੱਚੇ ਦਾ ਕੁਝ ਕਮੈਂਟ ਆਇਆ ਸੀਗਾ ਯਾਰ ਕੀ ਸੀਗਾ ਸਾਰੀ YouTube ਤੇ ਕਲਾਸਿਸ ਕਿੰਨੇ ਵਜੇ ओके okay, जोकर प्राइस देख ले जी पंजाब छलकदा हां YouTube ਤੇ ਕਲਾਸਾਂ ਦੀ ਗੱਲ ਆ ਆਪਣੀ ਕਲਾਸ ਬੱਚੇ 4 ਵਜੇ ਹੁੰਦੀ ਹੈ ਜਿਹੜੇ ਬੱਚੇ ਨੂੰ ਨਹੀਂ ਪਤਾ 4 ਵਜੇ ਦਾ ਟਾਈਮ ਆਪਣੀ ਕਲਾਸ ਦਾ ਸੋ ਕੱਲ ਨੂੰ 4 ਵਜੇ ਜ਼ਰੂਰ ਪਹੁੰਚ ਜਿਓ ਤੇ ਆਨਸਰ ਹੈਗਾ ਜੀ ਬਰਮਾ ਆਪਸ਼ਨ ਨੰਬਰ B ਇਸ ਦਾ ਕਰੈਕਟ ਆਨਸਰ ਆਪਸ਼ਨ ਨੰਬਰ B ਬਿਲਕੁਲ ਸਹੀ ਆ हां ਵੀ ਕੱਲ ਨੂੰ ਫਿਰ 4 ਵਜੇ ਕੌਣ ਕੌਣ ਆ ਰਿਹਾ ਕੱਲ ਨੂੰ 4 ਵਜੇ ਕਲਾਸ ਦੇ ਵਿੱਚ ਕੌਣ ਕੌਣ ਆ ਰਿਹਾ ਤੁਹਾਡੇ ਵਿੱਚੋਂ 300 ਜਾਨੇ ਬੈਠੇ ਹੋ ਮੈਂ ਦੇਖਣਾ ਕੱਲ ਨੂੰ 4 ਵਜੇ ਪੂਰੇ ਕੌਣ ਕੌਣ ਆਉਗਾ ਸੋ ਅਗਲਾ ਕੁਐਸਚਨ ਸਾਡੇ ਕੋਲੇ ਵਿੱਚ ਨੈਸ਼ਨਲਿਸਟ ਲੀਡਰ ਇਸ ਨੋਨ ਐਸ ਦਾ ਸ਼ੇ ਕਿਹੜੇ ਨੈਸ਼ਨਲਿਸਟ ਲੀਡਰ ਨੂੰ ਅਸੀਂ ਸ਼ੇਰ-ਏ-ਪੰਜਾਬ ਦੇ ਨਾਮ ਨਾਲ ਜਾਣਦੇ ਹਾਂ ਭਗਤ ਸਿੰਘ ਲਾਲਾ ਲਾਜਪਤ ਰਾਏ ਸੋਨ ਸਿੰਘ ਪਕਣਾ ਜਾਂ ਫਿਰ ਕਰਤਾਰ ਸਿੰਘ ਸਰਾਭਾ ਸ਼ੇਰ-ਏ-ਪੰਜਾਬ ਇੱਕ ਤਾਂ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਹਿੰਦੇ ਆ ਹੋਰ ਕਿਹਨੂੰ ਕਹਿੰਦੇ ਆ ਲੇਕਿਨ ਉਹ ਇੱਕ ਰਾਜਾ ਸੀਗੇ ਉਹ ਨੈਸ਼ਨਲਿਸਟ ਲੀਡਰ ਨਹੀਂ ਸੀਗੇ ਆਪਾਂ ਕੀ ਪੁੱਛਿਆ ਨੈਸ਼ਨਲਿਸਟ ਲੀਡਰ ਸੋ ਇਹ ਹੈ ਸਾਡੇ ਕੋਲੇ ਲਾਲਾ ਲਾਜਪਤ ਰਾਏ ਜੀ ਕਿੱਥੇ ਜਨਮ ਹੋਇਆ ਸੀਗੇ ਇਹਨਾਂ ਦਾ ਹਾਂ ਭਈ ਲਾਲਾ ਲਾਜਪਤ ਰਾਏ ਜੀ ਦਾ ਕਿੱਥੇ ਜਨਮ ਹੋਇਆ ਸੀਗਾ ਚੰਦ੍ਰਿਓ ਵਾਦਾ ਤਾਂ ਕਰੀ ਜਾਨੇ ਆਉਣਾ ਵੀ ਪੈਣਾ ਕੱਲ ਨੂੰ 4 ਵਜੇ ਹੱਤਾਂ ਸਾਰਿਆਂ ਨੇ ਖੜੀਆ ਕਰਤਾ ਵੀ ਠੀਕ ਆ ਜੀ ਆਵਾਂਗੇ ਹੈ ਹਮ ਮੋਗੇ ਜਨਮ ਹੋਇਆ ਸੀਗਾ ਲਾਲਾ ਲਾਜਪਤ ਰਾਏ ਜੀ ਨੇ ਆਪਦੀ ਪ੍ਰੈਕਟਿਸ ਜਿਹੜੀ ਲਾਅ ਦੀ ਉਹ ਕਿੱਥੋਂ ਸ਼ੁਰੂਆਤ ਕੀਤੀ ਸੀਗੀ ਮੋਗੇ ਜਿਹੜੇ ਹੋਇਆ ਸੀਗਾ ਇਹਨਾਂ ਦਾ ਜਨਮ ਢੁੱਡੀ ਕੇ ਪਿੰਡ ਆ ਤੇ ਕਹਿੰਦੇ ਇਹਨਾਂ ਨੇ ਫਿਰ ਲਾਅ ਦੀ ਪੜਾਈ ਕੀਤੀ ਤੇ ਲਾਅ ਦੀ ਪ੍ਰੈਕਟਿਸ ਕਿੱਥੋਂ ਸ਼ੁਰੂਆਤ ਕੀਤੀ ਸੀਗੀ ਹਿਸਾਰ ਦੇ ਵਿੱਚੋਂ ਲਾਹੌਰ ਦੇ ਵਿੱਚੋਂ ਫਿਰੋਜ਼ਪੁਰ ਜਾਂ ਫਿਰ ਲੁਧਿਆਣਾ ਹਾਂਜੀ ਕਿੱਥੋਂ ਇਹਨਾਂ ਨੇ ਆਪਦੇ ਜਿਹੜੀ ਤਿਆਰੀ ਜਿਹੜੀ ਆ ਲਾਅ ਦੀ ਪ੍ਰੈਕਟਿਸ ਕਿੱਥੋਂ ਸਟਾਰਟ ਕੀਤੀ ਸੀਗੀ ਓਹੋ ਨਹੀਂ ਲਾਹੌਰ ਨਹੀਂ ਹਿਸਾਰ ਆਊਗਾ ਬੱਚੇ ਗਲਤ ਆ ਭੋਲੇਗਾ ਡੱਡਾ ਫੇਰ ਗਲਤ ਆ ਮੈਨੂੰ ਲੱਗਦਾ 5 6 ਤਾਂ ਭੋਲੇਗਾ ਡੱਡਾ ਹੀ ਗਲਤੀਆਂ ਕਰ ਬੈਠਾ ਹਿਸਾਰ ਆਪਸ਼ਨ ਨੰਬਰ ਏ ਜਿਹਨਾਂ ਨੇ ਏ ਲਾਇਆ ਬਿਲਕੁਲ ਸਹੀ ਹੈ ਜੀ ਆਪਸ਼ਨ ਨੰਬਰ ਡੀ ਨਹੀਂ ਆਊਗਾ ਬੀ ਨਹੀਂ ਆਊਗਾ ਆਪਸ਼ਨ ਨੰਬਰ ਏ ਇਜ਼ ਦਾ ਕਰੈਕਟ ਆਨਸਰ ਓਏ ਹਜੇ ਤਾਂ ਕਲਾਸ ਚੱਲਦੀ ਆ ਤੁਸੀਂ ਮਾਮਾ ਪਹਿਲੇ ਹੀ ਕੱਲ ਤੇ ਪਹੁੰਚ ਗਏ ਛੱਡ ਕੇ ਚਲੇ ਗਏ ਹੋ ਹੈ ਪੜ ਲਿਆ ਕਰੋ ਕੱਲ ਨੂੰ ਤਾਂ ਆਉਣਾ ਹੀ ਹੋਣਾ ਅੱਜ ਤਾਂ ਪੜ ਲਓ ਚਲੋ ਜੀ ਅਗਲਾ ਕੁਐਸਚਨ ਦੇਖਦੇ ਆਂ ਸੋ ਅਗਲਾ ਕੁਐਸਚਨ ਹੈਗਾ ਵੈਨ ਡਿਡ ਲਾਲਾ ਲਾਜਪਤ ਰਾਏ ਸਪੀਕ ਇਨ ਦਾ ਕਾਂਗਰਸ ਸੈਸ਼ਨ ਫਾਰ ਦਾ ਫਰਸਟ ਟਾਈਮ ਕਹਿੰਦੇ ਪਹਿਲੀ ਵਾਰ ਲਾਲਾ ਲਾਜਪਤ ਰਾਏ ਜੀ ਕਦੋਂ ਕਾਂਗਰਸ ਦੇ ਸੈਸ਼ਨ ਦੇ ਵਿੱਚ ਬੋਲੇ ਸੀਗੇ 1888 1889 1991 ਜਾਂ 1893 ਹਾਂਜੀ ਕਦੋਂ ਬੋਲੇ ਸੀਗੇ ਪਹਿਲੀ ਵਾਰ ਹਾਂ ਵੀ ਸ਼ਾਬਾਸ਼ 10 ਗਿਣਨੇ ਆ ਦਸਾਂ ਗਿਣਨੇ ਤੱਕ ਆਨਸਰ ਦੇ ਦਿਓ 1 2 3 4 5 6 7 8 9 10 ਲਓ ਜੀ 1888 ਦੇ ਵਿੱਚ ਕਿਨਵਾ ਸੈਸ਼ਨ ਜਿਗਾ ਕਾਂਗਰਸ ਦਾ ਚੌਥਾ ਸੀਗਾ ਹੁਣ ਤੁਹਾਡੇ ਲਈ ਹੋਮਵਰਕ ਆ ਤੁਸੀਂ ਇਹ ਦੇਖਣਾ ਵੀ ਇਸ ਕਾਂਗਰਸ ਦੇ ਸੈਸ਼ਨ ਦੇ ਵਿੱਚ ਚੇਅਰਮੈਨ ਕੌਣ ਸੀਗੇ ਪ੍ਰੈਜ਼ੀਡੈਂਟ ਕੌਣ ਸੀਗੇ ਇਸ ਸੈਸ਼ਨ ਦੇ ਐਂਡ ਇਹ ਸੈਸ਼ਨ ਕਿੱਥੇ ਹੋਇਆ ਸੀਗਾ ਵੇਅਰ ਕਿੱਥੇ ਹੋਇਆ ਸੀਗਾ ਸੈਸ਼ਨ ਹਿਸਟਰੀ ਦੀ ਕਲਾਸ ਵਿੱਚ ਤੁਹਾਨੂੰ ਸਿਖਾਉਂਦੇ ਆ ਨਾ ਸਰ ਪੜਾਉਂਦੇ ਹੁੰਦੇ ਆ ਮਾਨੂੰ ਸਰ ਸੋ ਤੁਸੀਂ ਮੈਨੂੰ ਦੱਸਣਾ ਵੀ ਕਿੱਥੇ ਹੋਇਆ ਸੀਗਾ ਹੂ ਪਬਲਿਸ਼ਡ ਨਿਊਜ਼ਪੇਪਰ ਲਾਈਕ ਦਾ ਪੰਜਾਬੀ ਐਂਡ ਦਾ ਪੀਪਲ ਕਹਿੰਦੇ ਪੰਜਾਬੀ ਤੇ ਪੀਪਲ ਜਿਹੜੇ ਆ ਇੱਕ ਨਿਊਜ਼ਪੇਪਰ ਦਾ ਨਾਮ ਆ ਇਹ ਨਿਊਜ਼ਪੇਪਰ ਕਿਸ ਨੇ ਸ਼ਾਪਿਆ ਸੀ ਗਾਂਧੀ ਜੀ ਨੇ ਅਨੀ ਬੇਸੰਟ ਲਾਲਾ ਰਾਜਪਤਰਾ ਜਾਂ ਫਿਰ ਭਗਤ ਸਿੰਘ ਭਗਤ ਸਿੰਘ ਉਹਨਾਂ ਦਾ ਚਲੋ ਆਪਾਂ ਕੀ ਨਾਮ ਇੱਥੇ ਮਿਲਦਾ ਉਹਨਾਂ ਨੇ ਨਿਊਜ਼ਪੇਪਰ ਤੇ ਇੰਨਾ ਨਹੀਂ ਸੀ ਕੰਮ ਕੀਤਾ ਲੇਕਿਨ ਹਾਂ ਲਾਲਾ ਰਾਜਪਤਰਾ ਜੀ ਨੇ ਕਾਫੀ ਕੰਮ ਕੀਤਾ ਸੀਗਾ ਕਿਉਂਕਿ ਪੰਜਾਬੀ ਐਂਡ ਪੀਪਲ ਇੱਥੇ ਸਾਡੇ ਕੋਲੇ ਨਾਮ ਹੈ ਉਸ ਨਿਊਜ਼ਪੇਪਰ ਦਾ ਸੋ ਆਪਸ਼ਨ ਨੰਬਰ ਸੀ ਇਜ਼ ਦਾ ਕਰੈਕਟ ਆਨਸਰ ਲਓ ਜੀ ਹੂ presided over the first session of all india hindu mahasabha bhai all india hindu mahasabha da pehla session jehda siga oh kisne pradhanagi kiti si gi maharaja of qasim bazar maharad of jammu maharaja of amritsar ja fer maharaja of banaras kisne pehle session di pradhanagi kiti si gi hindu mahasabha de loch karo shabash eppa kitte hoya na pehla question ਸੋ ਮੈਨੂੰ ਲੱਗਦਾ ਵੀ ਹੁਣ ਤਾਂ ਤੁਸੀਂ ਸਹੀ ਆਨਸਰ ਦਵੋਗੇ ਤੇ ਆਨਸਰ ਹੈਗਾ ਜੀ ਮਹਾਰਾਜਾ ਆਫ ਕਾਸਿਮ ਬਾਜ਼ਾਰ ਆਪਸ਼ਨ ਨੰਬਰ A ਬਿਲਕੁਲ ਸਹੀ ਹੈ ਥੋੜੀ ਸਪੀਡ ਘਟਾ ਜੀ ਥੋੜੀ ਮੈਨੂੰ ਲੱਗ ਰਿਹਾ ਹੈ ਥੋੜੀ ਸਪੀਡ ਘਟਾ ਚਲੋ ਕੋਈ ਨਹੀਂ ਕੱਲ ਨੂੰ ਦੇਖਾਂਗੇ ਆਪਾਂ ਦੁਬਾਰਾ ਦਾ ਮੇਨ ਫੂਡ ਕ੍ਰੋਪ ਆਫ ਦਾ ਖਰੀਫ ਸੀਜ਼ਨ ਕਹਿੰਦੇ ਖਰੀਫ ਸੀਜ਼ਨ ਦੀ ਮੇਨ ਫੂਡ ਕ੍ਰੋਪ ਕਿਹੜੀ ਹੈ ਮਸਟਰਡ ਪਲਸਸ ਰਾਈਸ ਜਾਂ ਫਿਰ ਵੀਟ ਹਾਂਜੀ ਕਿਹੜੀ ਹੈ ਸਰ ਆਪਸ਼ਨ ਨੰਬਰ C ਰਾਈਸ ਖਰੀਫ ਮਤਲਬ ਸੋਨੀ ਤੇ ਸੋਨੀ ਦੇ ਵਿੱਚ ਸਭ ਤੋਂ ਜ਼ਿਆਦਾ ਕੀ ਨਾ ਝੋਨਾ ਹੁੰਦਾ ਮੈਂ ਕੱਲ ਪਰਸੋਂ ਆਪਣੇ 3 ਦਿਨ ਹੋ ਗਏ ਝੋਨਾ ਵੱਢੇ ਨੂੰ 26 ਲਾਇਆ ਸੀਗਾ ਮੈਂ ਘਰੇ ਪੁੱਛਿਆ ਮੈਂ ਕਿ ਹਾਂਜੀ ਪਾਪਾ ਜੀ ਫਾਦਰ ਸਾਹਿਬ ਨੇ ਗੱਲ ਕੀਤੀ ਮੈਂ ਕਿੰਨਾ ਕ ਨਿਕਲਿਆ ਕਹਿੰਦੇ ਵਧੀਆ 38 ਕੁਇੰਟਲ ਨਿਕਲਿਆ ਕਿਹਾ ਮੈਂ ਚਲੋ ਵਧੀਆ ਫਿਰ ਤਾਂ ਹੈਨਾ ਸੋ ਆ ਰਾਈਸ ਮੇਨ ਆ ਇਹ ਜਿਆਦਾ ਲੱਗਦੀ ਆ অপਸ਼ਨ ਨੰਬਰ ਸੀ ਬਿਲਕੁਲ ਸਹੀ ਹੈ ਜੀ ਅਗਲਾ ਕੁਐਸਚਨ ਦਾ ਮੇਨ ਫੂਲ ਕ੍ਰੌਪ ਆਫ ਰਬੀ ਸੀਜ਼ਨ ਪਹਿਲਾਂ ਕਿਹੜੀ ਸੀਗੀ ਖਰੀਫ ਸੀਜ਼ਨ ਹੁਣ ਕਿਹੜੀ ਆ ਗਈ ਆ ਸਰ ਰਬੀ ਸੀਜ਼ਨ ਵੀਟ ਰਾਈਸ ਮੇਸ ਜਾਂ ਫਿਰ ਜਵਾਰ ਹਾਂਜੀ ਕਿਹੜੀ ਹੈ ਸਰ ਕਣਕ ਹੈ ਜੀ ਅਸੀਂ ਸਿਆਲਾਂ ਵਿੱਚੋਂ ਕਣਕੀ ਬੀਜਣੀ ਆ ਉਹ ਗੱਲ ਵੱਖਰੀ ਆ ਵੀ ਕੁਝ ਏਦਾਂ ਦੇ ਏਰੀਆ ਜਿੱਥੇ ਆਲੂ ਵਗੈਰਾ ਦੀ ਖੇਤੀ ਕੀਤੀ ਜਾਂਦੀ ਹੈ ਲੇਕਿਨ ਮੇਨ ਕੀ ਆ ਕਣਕ ਹੀ ਹੈ ਮੇਨ ਕੀ ਹੈ ਕਣਕ ਹੀ ਹੈ ਉਹ ਆ ਭਾਈ ਲਾਈਕ ਕਰ ਦਿਓ ਜਿਨ੍ਹਾਂ ਨੇ ਹਜੇ ਤੱਕ ਲਾਈਕ ਨਹੀਂ ਕੀਤਾ ਆ ਸ਼ਾਰਟ ਸੀਜ਼ਨ ਬਿਟਵੀਨ ਰਬੀ ਐਂਡ ਖਰੀਫ ਸੀਜ਼ਨ ਇਜ਼ ਨੋਨ ਐਜ਼ ਭਾਈ ਰਬੀ ਤੇ ਖਰੀਫ ਸੀਜ਼ਨ ਦੇ ਵਿਚਕਾਰ ਇੱਕ ਛੋਟਾ ਸੀਜ਼ਨ ਆਉਂਦਾ ਆ ਹਾੜੀ ਤੇ ਸੋਨੀ ਦੇ ਵਿਚਕਾਰ ਇੱਕ ਛੋਟਾ ਸੀਜ਼ਨ ਆਉਂਦਾ ਆ ਜਦੋਂ ਹਦਵਾਨੇ ਖਰਬੂਜੇ ਖੀਰੇ ਕਰੀਲੇ ਇਦਾਂ ਦੀਆਂ ਫਸਲਾਂ ਲਾਈਆਂ ਜਾਂਦੀਆਂ ਨੇ ਸੋ ਉਸ ਸੀਜ਼ਨ ਨੂੰ ਅਸੀਂ ਕੀ ਕਹਨੇ ਆ ਜੀ ਅਸਬੋਰੋ ਜਾਂ ਫਿਰ ਜ਼ੈਦ ਲੋ ਜੀ ਇੱਕ ਤੁਹਾਨੂੰ ਹਜੇ ਇਨਫੋਰਮੇਸ਼ਨ ਦੇਣੀ ਆ ਕਲਾਸ ਪੂਰੀ ਲਾ ਕੇ ਜਾਓ ਕੁਝ ਤੁਹਾਡੇ ਲਈ ਸਪੈਸ਼ਲ ਚੀਜ਼ਾਂ ਹੈਗੀਆਂ ਨੇ ਲੇਕਿਨ ਉਦੋਂ ਪਹਿਲਾਂ 50 ਕੁਐਸਚਨ ਹੋ ਚੁੱਕੇ ਨੇ ਕਮੈਂਟ ਬਾਕਸ ਵਿੱਚ ਦੱਸਣਾ ਕਿ ਪੰਜਾਹਾਂ ਵਿੱਚੋਂ ਕਿੰਨੇ ਸਹੀ ਹੋਏ ਨੇ ਤੁਹਾਡੇ ਜੇ ਰਿਕਾਰਡਡ ਦੇਖ ਲਿਓ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਇਹਦੇ ਨਾਲ ਨਾਲ ਇਹਦੇ ਨਾਲ ਨਾਲ ਕੱਲ ਨੂੰ 4 ਵਜੇ ਸੇਮ ਕਲਾਸ ਦੇ ਵਿੱਚ ਜ਼ਰੂਰ ਆਉਣਾ ਆ ਕਿਉਂਕਿ ਆਪਾਂ ਅੱਜ ਬਹੁਤ ਕੁਝ ਨਵਾਂ ਸਿੱਖਿਆ ਆ ਤੇ ਜਿਹੜੇ ਨਵੇਂ ਬੱਚੇ ਆ ਉਹਨਾਂ ਲਈ ਸ਼ਾਇਦ ਕੁਝ ਨਵਾਂ ਹੋਊਗਾ ਫਾਸਟ ਲਗਾਊਗਾ ਵੀ ਜ਼ਿਆਦਾ ਤੇਜ਼ ਕਰ ਰਹੇ ਆ ਸੋ ਕੱਲ ਤੋਂ ਆਪਾਂ ਫਿਰ ਦੁਬਾਰਾ ਡਿਟੇਲ ਦੇ ਵਿੱਚ ਪੜ੍ਹਨਾ ਸ਼ੁਰੂ ਕਰ ਦੇਵਾਂਗੇ ਠੀਕ ਹੈ ਦੱਸਿਓ ਕਿੰਨੇ ਸਹੀ ਨੇ ਸੋ ਇਹਦੇ ਨਾਲ ਨਾਲ ਇੱਕ ਇੰਪੋਰਟੈਂਟ ਅਨਾਊਂਸਮੈਂਟ ਇਹ ਹੈ ਆ ਕਿ ਜੋ ਪੰਜਾਬ ਦੇ ਮਹਾਪੈਗ ਦੇ ਵਿੱਚ ਜਿਹੜੇ ਬੱਚੇ ਪੀੜ ਕਲਾਸਾਂ ਲਾਉਣਾ ਚਾਹੁੰਦੇ ਨੇ ਮੈਂ ਹਮੇਸ਼ਾ ਕਹਿੰਦਾ ਹਾਂ ਜੇ ਤੁਹਾਨੂੰ ਥਿਊਰੀ 'ਚ ਕੋਈ ਲੱਗ ਰਿਹਾ ਸਰ ਦਿੱਕਤ ਹੈ ਜੇ ਤੁਹਾਨੂੰ ਲੱਗ ਰਿਹਾ ਕਿ ਸਾਡੀ ਹਜੇ ਨੋਟਸ ਬਣਾਉਣ ਬਾਰੇ ਸਾਨੂੰ ਨਹੀਂ ਪਤਾ ਜੇ ਤੁਹਾਨੂੰ ਲੱਗ ਰਿਹਾ ਕਿ ਸਾਨੂੰ ਗਾਈਡੈਂਸ ਦੀ ਜ਼ਰੂਰਤ ਹੈ ਜੇ ਤੁਹਾਨੂੰ ਲੱਗ ਰਿਹਾ ਕਿ ਸਾਨੂੰ ਇਹ ਨਹੀਂ ਪਤਾ ਕਿੱਦਾਂ ਕਿੱਥੋਂ ਕੀ ਕੀ ਪੜ੍ਹਨਾ ਹੈ ਜੇ ਇਹਦੀ ਪਤਾ ਲੱਗ ਰਿਹਾ ਵੀ ਐਮਸੀਕਿਊਜ਼ ਕਿੱਦਾਂ ਪ੍ਰੈਕਟਿਸ ਕਰਨੀਆਂ ਸੋ ਤੁਹਾਨੂੰ ਲੋੜ ਹੈ ਇੱਕ ਟੀਚਰ ਦੀ ਸੋ ਤੁਸੀਂ ਉਹ ਜਿਹੜੀ ਲੋੜ ਉਹ ਪੂਰੀ ਕਰ ਸਕਦੇ ਹੋ ਪੰਜਾਬ ਦੇ ਮਹਾਪੈਕ ਦੇ ਵਿੱਚੋਂ ਜਿਹੜਾ ਪਹਿਲਾਂ ਸਾਨੂੰ Y565 ਡਿਸਕਾਊਂਟ ਕੋਡ ਲਾ ਕੇ 3219 ਦਾ ਮਿਲਦਾ ਸੀਗਾ ਅੱਜ ਉਹੀ ਮਹਾਪੈਕ Y565 ਲਾ ਕੇ 1738 ਰੁਪਏ ਦਾ ਮਿਲ ਰਿਹਾ ਮਤਲਬ ਪ੍ਰਾਈਸ ਅੱਧਾ ਤੇ ਟਾਈਮ ਡਬਲ ਕਰ ਦਿੱਤਾ ਗਿਆ 2 ਸਾਲਾਂ ਦੇ ਲਈ ਸੋ ਇੱਕ ਵਾਰ ਪੰਜਾਬ ਦੇ ਮਹਾਪੈਕ ਦੇ ਵਿੱਚ ਖਾਸ ਕੀ ਖਾਸੀਅਤ ਕੀ ਆਪਾਂ ਦੇਖ ਲੈਨੇ ਆ ਪੰਜਾਬ ਦਾ ਮਹਾਪੈਕ 1738 ਰੁਪਏ ਦਾ ਕੀ ਕੀ ਆ ਸਾਰੀਆਂ ਲਾਈਵ ਤੇ ਰਿਕਾਰਡਡ ਕਲਾਸਾਂ ਉਹ ਵੀ ਪੂਰੇ 2 ਸਾਲਾਂ ਦੇ ਲਈ ਸਾਨੂੰ ਮਿਲਣਗੀਆਂ ਇਦੇ ਨਾਲ ਨਾਲ ਗਾਈਡੈਂਸ ਦੇ ਸਪੈਸ਼ਲ ਸੈਸ਼ਨ ਹੋਣਗੇ ਤੁਹਾਡੇ ਲਈ ਆਪਾਂ ਜਿਹੜੇ ਸਿਲੇਕਟਡ ਕੈਂਡੀਡੇਟਸ ਹਨ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਿੰਨੇ ਬੈਚ ਆਉਣਗੇ ਉਹ ਵੀ ਤੁਹਾਨੂੰ ਮਿਲਣਗੇ ਪੀਡੀਐਫ ਤੇ ਟੈਸਟ ਸੀਰੀਜ਼ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਊਗੀ ਤੁਹਾਨੂੰ ਟਾਈਮ ਟੇਬਲ ਕਿਵੇਂ ਬਣਾਉਣਾ ਹੈ ਪਲਾਨਿੰਗ ਕਿਵੇਂ ਕਰਨੀ ਹੈ ਸਾਰੀਆਂ ਚੀਜ਼ਾਂ ਦੱਸਿਆਂ ਜਾਣਗੀਆਂ ਡਿਸਕਾਊਂਟ ਕੋਡ Y565 ਲਾਉਣ ਤੋਂ ਬਾਅਦ ਹੁਣ ਜੇ ਤੁਸੀਂ Y565 ਲਾਉਣੇ ਹੋ ਕਿਉਂ ਕਿ ਇਹ ਫਤੇ ਸਰ ਦਾ ਡਿਸਕਾਊਂਟ ਕੋਡ ਹੈ ਸੋ ਸਾਰੇ ਟੀਚਰ ਤੁਹਾਨੂੰ ਗਾਈਡੈਂਸ ਪ੍ਰੋਵਾਈਡ ਕਰਨਗੇ ਜੇ ਤੁਸੀਂ ਫਤੇ ਸਰ ਦਾ ਡਿਸਕਾਊਂਟ ਕੋਡ ਲਾਇਆ ਕਿਉਂਕਿ ਆਪਾਂ ਗੱਲ ਕੀਤੀ ਹੋਈ ਹੈ ਜੀ ਸ ਸਾਰੇ ਕੰਦੇ ਠੀਕ ਆ ਸਰ ਜਿਵੇਂ ਤੁਸੀਂ ਕਹੋ ਆਪਾਂ ਨਾਲ ਆ ਜਿਉਂਕਿ ਸਾਡੀ ਟੀਮ ਆ ਜੀ ਸੋ ਟੀਮ ਨਾਲ ਕੇ ਕੰਮ ਕਰਦੀ ਆ ਜੇ ਸਾਰੇ ਟੀਚਰਾਂ ਦੀ ਗਾਈਡੈਂਸ ਚਾਹੀਏ ਤਾਂ ਡਿਸਕਾਊਂਟ ਕੋਡ Y565 ਲਾਉਣਾ ਹੁਣ ਐਡਮਿਸ਼ਨ ਕਿਵੇਂ ਲੈਣੀ ਆ ਇਹ ਤਰੀਕਾ ਤੁਹਾਨੂੰ ਮੈਂ ਦੱਸਦਾ ਬਹੁਤ ਹੀ ਸੌਖਾ ਤਰੀਕਾ ਐਡਮਿਸ਼ਨ ਲੈਣ ਦਾ ਜੇ ਅਜੇ ਤੱਕ ਐਡਮਿਸ਼ਨ ਨਹੀਂ ਲਈ ਤਾਂ ਅੱਜ ਹੀ ਐਡਮਿਸ਼ਨ ਜ਼ਰੂਰ ਲੈ ਲਓ ਜੀ ਚਲੋ ਆਪਾਂ ਆਹ ਕਲਾਸ ਚੱਲ ਲਈਏ ਤੁਹਾਡੇ ਕੋਲੇ ਜਿਹੜੇ ਬੱਚੇ ਲਾਈਵ ਦੇਖ ਰਹੇ ਨੇ ਤੁਸੀਂ ਇੱਥੇ ਨੀਲੀ ਜੀ ਪੱਟੀ ਦੇਖ ਰਹੇ ਹੋਗੇ ਜਿੱਥੇ ਕਮੈਂਟ ਕਰ ਰਹੇ ਹੋ ਜੀ ਲਾਈਵ ਚੈਟ ਦੇ ਵਿੱਚ ਤੇ ਜਿਹੜੇ ਰਿਕਾਰਡਡ ਦੇਖਣਗੇ ਉਹਨਾਂ ਨੂੰ ਇੱਥੇ ਥੱਲੇ ਸਾਨੂੰ ਇੱਕ ਨੀਲੀ ਪੱਟੀ ਮਿਲੂਗੀ ਅਸੀਂ ਸਿੰਪਲ ਉਸ ਨੀਲੀ ਪੱਟੀ ਜਾਂ ਥੱਲੇ ਕਮੈਂਟ ਲਿਖਿਆ ਮਿਲੂਗਾ ਉਹਦੇ ਉੱਤੇ ਲਿੰਕ ਦੇ ਉੱਤੇ ਕਲਿੱਕ ਕਰਨਾ ਜਿਵੇਂ ਹੀ ਲਿੰਕ ਦੇ ਉੱਤੇ ਕਲਿੱਕ ਕਰਾਂਗੇ ਸਾਡੇ ਕੋਲ ਆ ਪੇਜ ਜਿਹੜਾ ਖੁੱਲ ਕੇ ਆ ਜਾਓ ਦੇਖੋ 1500 ਘੰਟੇ ਦੀਆਂ ਲਾਈਵ ਕਲਾਸਸ 1888 ਟੈਸਟ ਸੀਰੀਜ਼ 99 ਈ-ਬੁਕਸ 2163 ਵੀਡੀਓਜ਼ ਮਤਲਬ ਕਿ ਰਿਕਾਰਡਡ ਵੀ ਪਈਆਂ ਨੇ ਤੇ ਲਾਈਵ ਵੀ ਪਈਆਂ ਨੇ ਅ ਜਿਵੇਂ ਹੀ ਵੀਊ ਆਫਰ ਤੇ ਗਏ ਇੱਥੇ ਆ ਜਾਊਗਾ ਇੰਟਰ ਕੂਪਨ ਕੋਡ ਸੋ ਕਿਹੜਾ ਇੰਟਰ ਕੂਪਨ ਕੋਡ ਕਰਨਾ Y565 Y565 ਲੋ ਜੀ ਵਾਲਾ ਨੋਟ ਕਰ ਲਓ ਸਰ ਕਿਹੜਾ ਜੀ Y565 ਡਿਸਕਾਊਂਟਡ Y565 ਸੋ ਇਹਦੇ ਰਹਿ ਗਿਆ 1825 ਰੁਪਏ ਦਾ ਬਟ ਜੇ ਤੁਸੀਂ ਅੱਡਾ ਦੀ ਐਪ ਦੇ ਉੱਤੇ ਜਾਓਗੇ ਤੁਹਾਨੂੰ ਕੋਇਨਸ ਮਿਲਣਗੇ ਜਿਵੇਂ ਹੀ ਤੁਸੀਂ ਕੋਇਨਸ ਯੂਜ਼ ਕੀਤੇ ਤੇ ਤੁਹਾਨੂੰ ਜਿਹੜਾ ਇਹ ਮਹਾ ਪੈਕ ਰਹਿ ਜਾਊਗਾ ਸਿਰਫ ਤੇ ਸਿਰਫ 1738 ਰੁਪਏ ਦਾ ਕੁਆਇਨਸ ਮਿਲਣਗੇ ਕਿਉਂਕਿ ਤੁਸੀਂ Y565 ਜਿਹੜਾ ਡਿਸਕਾਊਂਟ ਕੋਡ ਹੋ ਯੂਜ਼ ਕੀਤਾ ਆ ਰਿਹਾ ਜੀ ਡਿਸਕਾਊਂਟ ਕੋਡ Y565 ਲਾਉਂਗੇ ਉਸ ਤੋਂ ਬਾਅਦ ਕੰਟੀਨਿਊ ਤੇ ਕਲਿੱਕ ਕੀਤਾ ਸੋ ਤੁਹਾਨੂੰ ਇੱਥੇ ਆਪਸ਼ਨ ਆਜੂਗਾ ਨਾਮ ਫੋਨ ਨੰਬਰ ਈਮੇਲ ਆਈਡੀ ਨੂੰ ਕਨਫਰਮ ਕਰੋ ਤੇ ਐਡਮਿਸ਼ਨ ਲੈ ਕੇ ਆਪਣੀ ਤਿਆਰੀ ਨੂੰ ਸਟਾਰਟ ਕਰ ਲਓ ਜੀ ਕੁਝ ਬੱਚਿਆਂ ਨੂੰ ਡਾਊਟ ਸੀਗਾ ਕਿ ਸਰ ਕਿਵੇਂ ਅਸੀਂ ਕਲਾਸਾਂ ਜਿਹੜੀਆਂ ਉਹ ਦੇਖ ਸਕਦੇ ਹਾਂ ਟਾਈਮ ਟੇਬਲ ਕਿਵੇਂ ਪਤਾ ਲੱਗੂਗਾ ਮੈਂ ਇੱਕ ਵੀਡੀਓ ਬਣਾਈ ਹੋਈ ਆ ਹਾਊ ਟੂ ਯੂਜ਼ ਪੰਜਾਬ ਮਹਾਪੈਕ ਬਾਈ ਫਤੇ ਸਰ YouTube ਤੇ ਸਰਚ ਕਰ ਲਿਓ ਉਹਦੇ ਵਿੱਚ ਹਰੇਕ ਚੀਜ਼ ਦੱਸੀ ਗਈ ਆ ਲੇਕਿਨ ਇੱਕ ਦੋ ਸਟੂਡੈਂਟਸ ਸਿੱਕੇ ਜਿਹਨਾਂ ਨੂੰ ਹਜੇ ਵੀ ਕੋਈ ਦਿੱਕਤ ਆ ਬਿਸਰ ਪਤਾ ਨਹੀਂ ਲੱਗ ਰਿਹਾ ਮੈਂ ਸਪੈਸ਼ਲ ਸੈਸ਼ਨ ਲੈ ਕੇ ਆਉਂਗਾ ਉਹਦੇ ਉੱਤੇ ਤਾਂ ਕਿ ਬੱਚਿਆਂ ਨੂੰ ਟਾਈਮ ਟੇਬਲ ਦਾ ਪਤਾ ਲੱਗ ਜAVE ਕਿਵੇਂ ਦੇਖਣਾ ਹੈ ਤਾਂ ਕਿ ਬੱਚਿਆਂ ਨੂੰ ਇਹ ਪਤਾ ਲੱਗ ਜAVE ਕਿਵੇਂ ਅਸੀਂ ਦੇਖ ਸਕਦੇ ਹਾਂ ਕਿ ਸਾਡੀਆਂ ਪੀਡੀਐਫਸ ਕਿੱਥੋਂ ਮਿਲਣਗੀਆਂ ਸੋ ਅੱਜ ਹੀ ਮੈਂ ਪਲਾਨ ਕਰਦਾ ਹਾਂ ਤੇ ਤੁਹਾਡੇ ਲਈ ਸਪੈਸ਼ਲ ਇੱਕ ਸੈਸ਼ਨ ਲੈ ਕੇ ਆ ਰਿਹਾ ਜਿਹਦੇ ਵਿੱਚ ਆਪਾਂ ਦੇਖਾਂਗੇ ਵੀ ਕਿਵੇਂ ਤੁਸੀਂ ਟਾਈਮ ਟੇਬਲ ਦੇਖ ਸਕਦੇ ਹੋ ਜੀ ਇਹਦੇ ਨਾਲ ਨਾਲ ਹੀ ਅ ਅੱਜ ਸ਼ਾਮ ਨੂੰ 6:15 ਤੇ ਆਪਣਾ ਸਪੈਸ਼ਲ ਗਾਈਡੈਂਸ ਦਾ ਇੱਕ ਸੈਸ਼ਨ ਸੋ ਉਹਨੂੰ ਵੀ ਜ਼ਰੂਰ YouTube ਦੇ ਉੱਤੇ ਆ ਫ੍ਰੀ ਆਫ ਕਾਸਟ ਉਹਨੂੰ ਵੀ ਕੋਸ਼ਿਸ਼ ਕਰੋ ਜ਼ਰੂਰ ਲਾਓ ਜੀ ਠੀਕ ਹੈ ਚਲੋ ਮਿਲਦੇ ਆਪਾਂ ਕੱਲ ਨੂੰ ਸੇਮ ਟਾਈਮ ਸੇਮ ਜਗ੍ਹਾ ਲੇਕਿਨ ਉਦੋਂ ਪਹਿਲਾਂ ਸ਼ਾਮ ਨੂੰ ਸਵਾ 6 ਵਜੇ ਗਾਈਡੈਂਸ ਦੇ ਸੈਸ਼ਨ ਦੇ ਵਿੱਚ ਤਦ ਤੱਕ ਦੇ ਲਈ ਜਉਂਦੇ ਵਾਸਤੇ ਰੋ ਰੱਬ ਖੈਰ ਕਰੇ ਜੀ ਸਸ਼ੀ ਗੱਤ ਸਾਰਾ